ਤੁਸੀਂ ਕੂੜਾ ਜਾਣ ਕੇ ਨਹੀਂ ਸਿੱਟਿਆ ਭਾਈ ਜਾਨ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਸੱਚ ਸੱਚ ਦੱਸਦਾ ਇੱਕ ਵਾਰੀ ਨਾ ਸਾਡੇ ਬੂਹੇ ਅੱਗੇ ਵੀ ਕੂੜਾ ਸੀ ਇਹ ਚਾਚੇ ਨਾਲੋਂ ਬਹੁਤਾ ਕੂੜਾ ਸੀ ਇਹਨਾਂ ਨਾਲੋਂ ਬਹੁਤਾ ਕੂੜਾ ਸੀ ਭਾਈ ਉਹ ਪੰਚਾਇਤੀ ਨੇ ਯਾਨੀ ਪੰਚਾਇਤ ਵਾਲੇ ਨੇ ਤੁਸੀਂ ਤੁਸੀਂ ਅੱਗੋਂ ਹੱਸੀ ਜਾ ਰਹੇ ਤੁਸੀਂ ਅੱਗੋਂ ਉਹਨਾਂ ਨੂੰ ਮਨਾ ਕਰਾਓ ਤੁਹਾਨੂੰ ਜੁਗਤਾਂ ਮਾਰ ਰਹੇ ਤੁਸੀਂ ਹੱਸੀ ਜਾ ਰਹੇ ਕੂੜਾ ਬਹੁਤ ਅੱਛਾ ਲੱਗਦਾ ਇਸ ਕਰਕੇ ਹੱਸ ਰਹੇ ਕੂੜਾ ਇਹਨਾਂ ਦਾ ਫੇਵਰੇਟ ਆ ਯਾਰ ਤੁਸੀਂ ਹੁਣ ਰੌਲਾ ਕੀ ਪਾਇਆ ਤੁਸੀਂ ਕੂੜਾ ਇਹਨਾਂ ਦੀ ਹੋਬੀ ਵੀ ਆ ਹੁਣ ਓਕੇ ਓਕੇ ਭੈਣ ਮਾਫ਼ ਕਰ ਤੈਨੂੰ ਨਹੀਂ ਜੀ ਮੈਂ ਕਦੇ ਨੀ ਮਾਫ਼ ਕਰਨਾ ਸਾਥ ਹੈ ਕੂੜਾ ਚੱਕੇ ਬੰਦਾ ਹੋਵੇ ਇਸ ਤਰ੍ਹਾਂ ਦੇ ਮੂੰਹ ਵਾਲਾ ਰੰਗ ਲਾ ਉਹਦੇ ਅੱਗੇ ਸਿੱਟੋ ਪਤਾ ਲੱਗੇ ਯਾਰ ਨਾਲੇ ਦੇਖ ਜਿਹੜਾ ਕੂੜਾ ਹੁੰਦਾ ਨਾ ਉਹ ਇੱਕ ਜੂਸ ਦਾ ਡੱਬਾ ਜੋ ਫਰਿੱਜ ਚ ਪਿਆ ਗੱਲ ਸੁਣ ਲੈਣਾ ਜੂਸ ਦਾ ਡੱਬਾ ਫਰਿੱਜ ਚ ਪਿਆ ਉਹਦੇ ਚ ਜੂਸ ਕੱਢਦੇ ਹੋ ਤੇ ਖਾਲੀ ਡੱਬਾ ਰਹਿ ਗਿਆ ਉਹਦਾ ਅਸੀਂ ਨਾ ਕੂੜਾ ਪਾਇਆ ਤੁਸੀਂ ਸ਼ਾਪਰ ਚ ਚੀਨੀ ਲੈ ਕੇ ਆਉਂਦੇ ਆ ਚੀਨੀ ਤੁਸੀਂ ਡੱਬੇ ਚ ਪਾ ਲੈਣੇ ਖਾਲੀ ਸ਼ਾਪਰ ਨੂੰ ਤੁਸੀਂ ਕੂੜੇ ਦਾ ਨਾਂ ਦਿੱਤਾ ਉਹਨੂੰ ਯੂਜ਼ ਕਰ ਚੀਜ਼ਾਂ ਨੂੰ ਹੁਣ ਇਹਨੂੰ ਮੈਂ ਕਿਹਾ ਕੂੜਾ ਤੂੰ ਸਾਡੇ ਬੂਹੇ ਅੱਗੇ ਕਿਉਂ ਸੁੱਟਿਆ ਉੱਤੋਂ ਸਾਨੂੰ ਕਹਿਣ ਡਿਆ ਕਿ ਤੁਹਾਡੀਆਂ ਨਜ਼ਰਾਂ ਲੱਗੀ ਉੱਤੋਂ ਤੁਹਾਡੀਆਂ ਗੱਲਾਂ ਸੁਣੀਏ ਨਹੀਂ ਉਸ ਕੂੜੇ ਚ ਕਿਹੜੀ ਕਿਹੜੀ ਆਈਟਮ ਸੀ ਕੋਈ ਜੂਸ ਦਾ ਡੱਬਾ ਜੂਸ ਦਾ ਡੱਬਾ ਹੁੰਦਾ ਤੇ ਅਸੀਂ ਚੁੱਪ ਕਰਕੇ ਪੀ ਲੈਣਾ ਸੀ ਰੌਲਾ ਪਾਉਣਾ ਸੀ ਦੱਸ ਯਾਰ ਕੀ ਕਰਨ ਦੇ ਅੱਗੇ ਵੀ ਕਈ ਵਾਰੀ ਇਹਨਾਂ ਦੇ ਬੂਹੇ ਅੱਗੇ ਕੂੜਾ ਸਿੱਟ ਡਿੱਗਿਆ ਵਾ ਮੇਰਾ ਲੇਕਿਨ ਇਹਨਾਂ ਨੇ ਉਦੋਂ ਬੁਰਾ ਮਹਿਸੂਸ ਨਹੀਂ ਕੀਤਾ ਕਿਉਂਕਿ ਇਹਨਾਂ ਦੇ ਪਸੰਦੀਦੀਆਂ ਚੀਜ਼ਾਂ ਵਿੱਚੋਂ ਨਿਕਲ ਆਉਂਦੀਆਂ ਸੀ ਇਸ ਵਾਰੀ ਨਹੀਂ ਨਿਕਲੀ ਹੁੰਦੇ ਸਾਡਾ ਕੋਈ ਅੱਛਾ ਮੈਂ ਹਿਸਾਬ ਲਾ ਲਿਆ ਪਤਾ ਕੀ ਗੱਲ ਜਿੱਦਾਂ ਦਾ ਤੁਹਾਡਾ ਮਾਸ਼ਾਅੱਲਾ ਨਕਸ਼ ਨੈਣ ਔਰ ਕਲਰ ਹੈ ਨਾ ਨਾ ਦੱਸੀ ਹੋਣਾ ਕਿਸੇ ਨੂੰ ਅੰਨੇ ਨੇ ਸਾਰੇ ਉੱਥੇ ਨਹੀਂ ਬਸ ਤੁਸੀਂ ਨਾ ਨਾ ਦੱਸੀ ਸਰ ਸੁਣੋ ਨਾ ਮੈਂ ਕਹਿ ਰਿਹਾ ਕਿ ਇਹ ਕੂੜਾ ਲੈ ਕੇ ਜਾਂਦਾ ਹੋਵੇ ਭਾਵੇਂ ਸ਼ਾਪਰ ਡਬਲ ਵੀ ਹੋਵੇ ਜਦੋਂ ਤੁਹਾਡਾ ਘਰ ਆਉਂਦਾ ਨਾ ਕੂੜਾ ਆਪੇ ਹੀ ਖਿੱਚ ਪਾ ਕੇ ਥੱਲੇ ਡਿੱਗ ਪੈਂਦਾ ਮਤਲਬ ਕੀ ਕੂੜੇ ਨੂੰ ਮਗਨਾਤੀਸ ਲੱਗਾ ਉੱਥੇ ਤੁਹਾਡੇ ਤੁਹਾਡਾ ਕੂੜੇ ਨਾਲ ਕੋਈ ਮੁਰਾਸਮ ਨੇ ਕੋਈ ਬਹੁਤ ਅੱਛਾ ਅੱਛਾ ਯਾਨੀ ਕਿ ਸਾਡੇ ਕੋਲ ਵੀ ਤਲੋਕਾਤਾ ਕੂੜੇ ਦੇ ਨਾਲ ਇਹ ਸਾਬਤ ਕਰਨਾ ਚਾਹ ਰਹੇ ਸਾਡੇ ਬਹੁਤ ਤਲੋਕਾਤਾ ਹੈ ਯਾਨੀ ਕਿ ਤੁਹਾਨੂੰ ਆਵਾਜ਼ ਵੀ ਲੋਕੀ ਤਾਂ ਨਹੀਂ ਮਾਰਦੇ ਉਹ ਕੂੜਾ ਉਰਿਆ ਨਹੀਂ ਨਹੀਂ ਤੁਸੀਂ ਦੱਸਣਾ ਚਾਹ ਰਹੇ ਹੋ ਕੂੜੇ ਦੀ ਕੁੜਤੀ ਹੈ ਬਿਲਕੁਲ ਜੀ ਕੂੜੇ ਨੂੰ ਪੁੱਛੋ ਤੁਸੀਂ ਕੂੜੇ ਦੀ ਕੁੜਤੀ ਹੈ ਸਾਨੂੰ ਮਾਫ਼ੀ ਮੰਗ ਲੈਣੀ ਸੀ ਲੇਕਿਨ ਇਹਨੇ ਆਪਣੇ ਵੱਡੇ ਭਾਈ ਬੋਧੀ ਚੂੜੇ ਨੂੰ ਵੀ ਫੋਨ ਕੀਤਾ ਬਿਲਕੁਲ ਉਹਨੇ ਮੈਨੂੰ ਉਹ ਮੈਨੂੰ ਬੋਲਿਆ
ਵਧੀਆ ਚੱਲਿਆ ਭਾਈ ਨੇ ਉਸ ਤੋਂ ਬਾਅਦ ਇੱਕ ਆ ਭਾਈ ਮਖਾਣੇ ਦੇ ਸੇਰ ਵਾਲਾ ਨਾ ਜਿਹੜਾ ਇਹਨਾਂ ਨੇ ਵੀ ਬਹੁਤ ਆ ਕੇ ਗੱਲਾਂ ਸਾਨੂੰ ਕੀਤੀਆਂ ਸਾਡਾ ਕੋਈ ਸਾਹੀ ਚੌਧਰੀ ਨਾਲ ਲੈ ਕੇ ਸਾਡਾ ਕੋਈ ਬੋਲਿਆ ਤਾਂ ਤੁਹਾਡਾ ਕਿਹੜਾ ਚੌਧਰੀ ਆ ਸਾਡਾ ਚੌਧਰੀ ਆ ਤੁਸੀਂ ਤੁਹਾਡਾ ਕੀ ਮੌਕਫ ਆ ਕਿ ਇਹਨੂੰ ਮਾਫੀ ਮੰਗਣੀ ਚਾਹੀਦੀ ਕਿ ਨਹੀਂ ਨਹੀਂ ਜੀ ਮਾਫੀ ਮੰਗਣੀ ਚਾਹੀਦੀ ਆ ਜੇ ਜਾਣ ਸਿੱਟੇ ਹੋਵੇ ਤੇ ਇਹ ਗਿਆ ਅਚਾਨਕ ਉਹ ਸਿਗਨਲ ਅੰਦਰੋਂ ਆ ਰਹੇ ਸੀ ਡਿੱਗ ਪਿਆ ਜਨਾਬ ਸਿਗਨਲ ਦੀ ਮਾਫੀ ਕਾਦੀ ਮੰਗਣੀ ਹਾਂਜੀ ਮਾਫੀ ਕਾਦੀ ਮੰਗਣੀ ਭਾਜੀ ਕੂੜਾ ਉਹਦੇ ਘਰ ਗਿਆ ਭਾਜੀ ਕਾਦਾ ਕੋਈ ਉਹਨੇ ਤਜ਼ਾਬ ਡੋਲ ਤਾਂ ਕੂੜਾ ਸਿੱਟਦਾ ਇਹਦੇ ਵਾਸਤੇ ਫੇਵਰਟ ਆ ਇਹਨੂੰ ਇਹ ਗੱਲ ਦੇ ਪੰਚਾਇਤ ਬਾਣੀ ਨਹੀਂ ਚਾਹੀਦੀ ਕਿ ਸਾਡੀ ਸਮਝ ਦੇ ਵਿੱਚ ਯਾਰ ਤੂੰ ਤਾਂ ਗੱਲ ਹੀ ਨਾ ਕਰ ਤੇਰੀ ਤਾਂ ਉਂਗਲ ਹੀ ਨਹੀਂ ਪੂਰੀ ਇਸ ਟਾਈਮ ਤੂੰ ਨਾ ਗੱਲ ਕਰ ਉਂਗਲ ਪੂਰੀ ਕਰ ਮੈਂ ਨਹੀਂ 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 ਭਾਈ ਮੇਰੀ ਗੱਲ ਸੁਣ ਗੱਲ ਹੈਗੀ ਏ ਇਹ ਕੂੜਾ ਇਸ ਤੋਂ ਨਹੀਂ ਚੱਕਣ ਦੇ ਸ਼ਾਇਦ ਚਪਟੀਆਂ ਘਰ ਭੋਲਿਆ ਮੈਂ ਚਪਟੀਆਂ ਤੈਨੂੰ ਲਿਆ ਦਿੰਦਾ ਕੂੜਾ ਚੱਕ ਆਪਣਾ ਤੇਰੀ ਮਿਹਰਬਾਨੀ ਤੂੰ ਕਿੰਨੇ ਦਿਨ ਹੋ ਗਿਆ ਕੂੜਾ ਚੱਕਣ ਨਹੀਂ ਆਇਆ ਤੂੰ ਆ ਵੀ ਦੱਸਣਾ ਨਾ ਕੇ ਮਹੀਨੇ ਬਾਅਦ ਤੂੰ 50 ਰੁਪਏ ਨਹੀਂ ਯਾਰ ਮੇਰਾ ਆਪਣਾ ਮਹੱਲਾ ਤੇਰਾ ਆਪਣਾ ਮਹੱਲਾ ਆਪਣੇ ਆਪਣੇ ਮਹੱਲੇ ਕਾਇਮ ਕਰਨੇ ਤੁਸੀਂ ਇਹਦੀ ਸ਼ਕਲ ਵਾਲ ਵੇਖ ਕੇ ਆਪ ਹੀ ਫੈਸਲਾ ਕਰੋ ਕੌਣ ਕੂੜਾ ਚੱਕਦਾ ਸਾਰਿਆਂ ਨੂੰ ਕਰਵਾ ਲਓ ਯਾਰ ਤੂੰ ਕੂੜਾ ਆਪਣੇ ਕੂੜੇ ਤੇ ਨਾ ਮਾਨ ਨਹੀਂ ਕਰੀਦਾ ਮੇਰੀ ਗੱਲ ਸੁਣ ਪਤਾ ਕੀ ਗੱਲ ਆ ਜੇ ਤੇਰੇ ਕੋਲੋਂ ਡਿੱਗ ਪਿਆ ਨਾ ਤੇ ਤੂੰ ਮਾਦਰ ਕਰ ਪਤਾ ਨਹੀਂ ਇਹਦੇ ਬੂਹੇ ਲੱਗੇ ਆ ਕੇ ਕੂੜਾ ਆਪੇ ਡਿੱਗ ਪੈਂਦਾ ਹੱਥੋਂ ਛੁੱਟ ਜਾਂਦਾ ਪਤਾ ਨਹੀਂ ਕਿਉਂ ਯਾਰ ਕਿਹੜਾ ਅਸੀਂ ਅੰਦਰ ਮਕਰਾਂ ਦੀ ਸਰੱਖਿਆ ਮੈਨੂੰ ਪਹਿਲੇ ਤੂੰ ਤਾਂ ਦੱਸ ਜਿਹੜਾ ਕੂੜਾ ਉੱਥੇ ਡਿੱਗ ਪੈਂਦਾ ਇਹਦੇ ਤੇਜ਼ ਘਰ ਅੱਗੇ ਅਕਸਰ ਲੋਕੀ ਕੂੜਾ ਸਿੱਟਦੇ ਆ ਇਹਨੂੰ ਜਦੋਂ ਵਿੱਚੋਂ ਕੋਈ ਚੰਗੀ ਚੀਜ਼ ਨਿਕਲ ਆਵੇ ਨਾ ਇਹ ਚੁੱਪ ਕਰ ਜਾਂਦਾ ਜਦੋਂ ਬਿਲਕੁਲ ਕੁਛ ਨਾ ਨਿਕਲੇ ਉਹਨਾਂ ਦੇ ਆ ਕੇ ਲੜ ਪੈਂਦਾ ਤੇ ਇਹਨਾਂ ਨੂੰ ਸਮਝਦਾਰੀ ਚਾਹੀਦਾ ਕੁਛ ਨਾ ਕੁਛ ਚੰਗੀ ਚੀਜ਼ ਸਿੱਟ ਕੇ ਜਾਣ ਨਾ ਇਹ ਕਿਉਂ ਖਾਲੀ ਸਿੱਟ ਕੇ ਜਾਂਦੇ ਭੈਣ ਮੈਂ ਤੁਹਾਨੂੰ ਦੱਸਦਾ ਤਰੀਕਾ ਤੁਸੀਂ ਜਦੋਂ ਬਹੁਤ ਸਾਰਾ ਕੂੜਾ ਹੋ ਜਾਏ ਨਾ ਉਹਦੇ 'ਚ ਤੁਸੀਂ ਇੰਨੀ ਕੁ ਬੋਤਲ ਲੀਟਰ ਵਾਲੀ ਬੋਤਲ ਨਹੀਂ ਹੁੰਦੀ ਉਹਦੇ 'ਚ ਇੰਨੀ ਕੁ ਬੋਤਲ ਛੱਡ ਦੇਣੀ ਹੈ ਪੂਰੇ ਕੂੜੇ 'ਚ ਉਹ ਵਿੱਚ ਸਿੱਟ ਦੇਣੀ ਹੈ ਤੁਹਾਨੂੰ ਕੁਛ ਨਹੀਂ ਕਹੇਗਾ ਯਾਰ ਮੇਰੀ ਗੱਲ ਸੁਣੋ ਚਾਚਾ ਜੀ ਤੁਸੀਂ ਇੱਥੇ ਮਤਲਬ ਨਿਰਾਸੀ ਜਾ ਰਹੇ ਹੋ ਤੁਸੀਂ ਕੋਈ ਚਾਚਾ ਜੀ ਚਲੋ ਸਾਈ ਵੀ ਦੇਖੋ ਫੈਸਲਾ ਕਰੋ ਨਾ ਕੋਈ ਕਿਸੇ ਪਾਸੇ ਗੱਲ ਲਵਾਓ ਫੈਸਲਾ ਮੈਂ ਕਹਿ ਰਿਹਾ ਸੀ ਤੂੰ ਜੱਫੀਆਂ ਪਾ ਲਓ ਬਸ ਠੀਕ ਨਹੀਂ ਨਹੀਂ ਚਾਚਾ ਚਾਚਾ ਤੈਨੂੰ ਨੇ ਜੱਫੀ ਵੀ ਨਹੀਂ ਪਾਣੀ ਤੇ ਤੇਰੇ ਤੇ ਜੱਫੀ ਉੱਤੋਂ ਲੰਘ ਜਾਣੀ ਅਸੀਂ ਕੀ ਕਰੀ ਜੱਫੀ ਉੱਤੋਂ ਲੰਘ ਜਾਂਦੀ ਜੱਫੀ ਪਾਈਏ ਤੇ ਭਾਈ ਮੈਂ ਜਿਹੜਾ ਪਾਣੀ ਨਹੀਂ ਆਂਦਾ ਨਹੀਂ ਪਾਣੀ ਚਾਚਾ ਜੀ ਚਾਚਾ ਜੀ ਜੱਫੀ ਪਾਣੀ ਚਾਚਾ ਜੀ ਤੁਹਾਡੇ ਕੋਲ ਜਾਜ਼ਤ ਹੋਵੇ ਤੁਸੀਂ ਤੇ ਮਾਸ਼ਾਅੱਲਾ ਕੱਖ ਨਹੀਂ ਕਰਨਾ ਮੈਂ ਹਿਸਾਬ ਲਾ ਲਿਆ ਤੁਸੀਂ ਤਾਂ ਲੱਭਦੇ ਹੋਣੇ ਕਿਸੇ ਦੀ ਲੜਾਈ ਹੋਵੇ ਤਾਂ ਮੈਂ ਵਿੱਚ ਜਾ ਕੇ ਸਾਂ ਹਨਾ ਚਾਚਾ ਜੀ ਘਰ ਚਾਚੀ ਨੂੰ ਕਹਿ ਕੇ ਤਾਂ ਲੈ ਵੀ ਭਲੀ ਲੋਕੇ ਲੜਾਈ ਹੋ ਪਈ ਅੱਜ ਬੜਾ ਸ਼ੁਕਰ ਲੱਗਣਾ ਜੀ ਤੇ ਗੱਲਾਂ ਕਰੀ ਜਾਓ ਤਾਂ ਮੈਂ ਹੱਸੀ ਜਾਵਾਂ ਚਾਚਾ ਜੀ ਕੋਈ ਫੈਸਲਾ ਮੈਂ ਕਰਾਂ ਆਹ ਤੁਸੀਂ ਕਰ ਦਿਓ ਤੇ ਤੁਹਾਡੇ ਵੱਲੋਂ ਮੈਨੂੰ ਇਜਾਜ਼ਤ ਆ ਅੱਛਾ ਮੈਂ ਨਾਜ਼ਰੀਨ ਨੂੰ ਗੱਲ ਦੱਸਦਾ ਕਿਉਂਕਿ ਅਕਸਰ ਜਦੋਂ ਲੋਕ ਦੇਖਦੇ ਨੇ ਨਾ ਉਹ ਫਿਰ ਲੋਕ ਕਹਿੰਦੇ ਨੇ ਆਵਾਮ ਪੂਰੀ ਦੁਨੀਆ 'ਚ ਕਿ ਯਾਰ ਉਹ ਬਜ਼ੁਰਗ ਆਦਮੀ ਸੀ ਤੁਹਾਨੂੰ ਸ਼ਰਮ ਚਾਹੀਦੀ ਉਹਨਾਂ ਦੀ ਦਾੜੀ ਸੀ ਲੋਕ ਕਿਉਂਕਿ ਲੋਕੀ ਜਦੋਂ ਬਾਹਰ ਦਾ ਬੰਦਾ ਦੇਖਦਾ ਨਾ ਉਹਨੂੰ ਇੰਝ ਲੱਗਦਾ ਕਿ ਅਸੀਂ ਬਦਤਮੀਜ਼ੀ ਕਰ ਰਹੇ ਹਾਂ ਚਾਰ ਦਫਾ ਇਹਨਾਂ ਨੂੰ ਕਿਹਾ ਵਾ ਕਹਿੰਦੇ ਦਿਲ ਤੋਂ ਬੱਚਾ ਹੈ ਤੇ ਮੈਂ ਨਾਜ਼ਰੀਨ ਨੂੰ ਦੱਸ ਦਿੰਦਾ ਕਿ ਇਹ ਇਹ ਜਿਹੜਾ ਇਲਾਕਾ ਨਾ ਉਸ ਇਲਾਕੇ ਦੇ ਇਹ ਫਰੈਂਡਸ ਨੇ ਮਤਲਬ ਆਪਸ 'ਚ ਫਰੈਂਡਲੀ ਇਹਨਾਂ ਦਾ ਮਾਹੌਲ ਆ ਇਹ ਆਪ ਮਤਲਬ ਇੰਜੋਏ ਕਰਦੇ ਨੇ ਲਿਆਦਾ ਤੁਸੀਂ ਇਹ ਨਹੀਂ ਕਹਿਣਾ ਕਿ ਯਾਰ ਉਹ ਇੱਕ ਬਜ਼ੁਰਗ ਉਹ ਦਿਲੀ ਤੌਰ ਤੇ ਜਵਾਨ ਨੇ ਮਜ਼ਾ ਲੈ ਕਿਉਂ ਜੀ ਇੰਜੋਏ ਕਰਦੇ ਲਓ ਜੀ ਚਾਚੇ ਤੁਹਾਡੀ ਉਮਰ ਕਿੰਨੀ ਆ ਮਾਸ਼ਾਅੱਲਾ ਹੋ ਗਈ 5 ਸਾਲ ਤਕਰੀਬਨ 60 ਸਾਲ 60 ਸਾਲ ਉਹਨਾਂ ਦੀ ਉਮਰ ਆ ਰਾਤਾਂ ਕੱਢ ਕੇ ਆ ਜੀ ਤਦੀ ਇੰਨੇ ਕੰਮ ਰਾਤਾਂ ਪੂਰੀਆਂ ਹੋਣਗੀਆਂ ਫਿਰ ਪੂਰੇ ਹੁੰਦੇ ਦਰਸਲ 60 ਸਾਲ ਤੁਰੇ ਨਹੀਂ ਨਾ ਬੈਠੇ ਰਹੇ ਇਸ ਕਰਕੇ ਦਾਦੇ 60 ਸਾਲ ਬਾਅਦ ਨਹੀਂ ਦਿੱਤੀ ਕਿਸੇ ਨੇ ਚਾਚਾ ਉਰੇ ਹੀ ਉੱਥੇ ਹੀ ਬੈਠੇ ਰਹੇ ਅੱਛਾ ਭੈਣ ਮੈਂ ਹੁਣ ਤੁਹਾਡਾ ਫੈਸਲਾ ਕਰਾ ਦਿੰਦਾ ਕਰਾ ਦੇ ਤੁਸੀਂ ਇੱਕ ਕੰਮ ਕਰੋ ਹਾਂਜੀ ਤੁਸੀਂ ਉਦਾਂ ਕਿੰਨੇ ਪੈ ਲੈਂਦੇ 20 ਰੁਪਏ ਹਫਤੇ ਦੇ ਲੈਂਦੇ ਮੱਲੇ ਸਾਰੇ ਚੋਂ ਨਹੀਂ ਜਨਾਬ ਤੁਹਾਨੂੰ ਮੈਂ 50 ਰੁਪਏ ਦਵਾ ਦਿੰਦਾ 50 ਰੁਪਏ ਲੈ ਲੈ ਨਾਲ ਦੋ ਰੋਟੀ ਭਾਜੀ ਉਹ ਚੱਕਦਾ ਵਾ ਚਲੋ ਮੈਂ ਤੁਹਾਨੂੰ 100 ਦਵਾ ਦਿੰਦਾ ਉਹ ਚੱਕਦਾ ਵਾ ਕੂੜਾ ਤੁਹਾਡੀ ਉਮਰ ਕਿੰਨੀ ਦੇਖੋ ਕੂੜਾ ਉਹ ਤੇ ਕਹੀ ਤੁਸੀਂ ਵੀ ਸਾਈਡ ਮੈਂ ਜਾ ਕੇ ਕਰ ਦਿੰਦਾ ਲੇਕਿਨ ਗੱਲ ਇਹ ਆ ਕਿ ਬਰਦਾਸ਼ਤ ਥੋੜਾ ਕਰਨੀ ਤੁਹਾਡੀ ਉਮਰ ਕਿੰਨੀ ਆ ਆਪਣੀ ਜੀ ਉਮਰ ਮਾਸ਼ਾਅੱਲਾ ਪੈ ਗਈ 30 ਸਾਲ ਹੈ 30 ਸਾਲ ਹੈ 30 ਸਾਲ ਤੋਂ ਤੁਹਾਡੇ ਘਰ ਦੇ ਬਰਦਾਸ਼ਤ ਕੂੜਾ ਕਰ ਰਹੇ ਕਿ ਨਹੀਂ ਨਹੀਂ ਭਾਈ ਨੇ ਗੱਲ ਤੁਸੀਂ ਦੱਸ ਮੈਨੂੰ ਕੂੜਾ ਵਾ ਘਰ ਦਾ ਕੂੜਾ ਹਮਸਾਏ ਹਮਸਾਏ ਕਹਿੰਦੇ ਨਹੀਂ ਸਿਆਣੇ ਦੀ ਮਿਸਾਲ ਕਰਦੇ ਘਰ ਦਾ ਕੂੜਾ ਦਾਲ ਬਰਾਬਰ ਨਹੀਂ 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 ਉਹ ਤਾਂ ਕੂੜੇ ਦੀ ਤੁਸੀਂ ਕਰ ਰਹੇ ਨਾ ਮਤਲਬ ਮੈਂ ਵੀ ਉਹੀ ਗੱਲ ਕਰ ਰਿਹਾ ਅਸੀਂ ਤਾਂ ਘਰ ਦੀ ਗੱਲ ਆ ਨਾ ਬਾਹਰ ਦਾ ਕਿੱਦਾਂ ਬਰਦਾਸ਼ਤ ਕਰੀਏ ਪਾਇਨੋ ਕਹਿੰਦਾ ਕੂੜਾ ਮੈਂ ਚੁੱਕ ਲੈਣਾ ਲੇਕਿਨ ਮੈਂ ਚੀਜ਼ਾਂ ਪੂਰੀਆਂ ਲੈਣੀਆਂ ਇੱਕ ਵੀ ਘੱਟ ਨਾ ਹੋਵੇ ਚੀਜ਼ਾਂ ਪੂਰੀਆਂ ਹੋਣਗੀਆਂ ਵਿੱਚ ਚਾਚਾ ਵੀ ਪਾ ਕੇ ਦੇਵਾਂਗੇ ਸਾਫੀ ਯਾਰ ਇਦਾਂ ਦਾ ਅਜ਼ਾ ਵੀ ਪਾ ਕੇ ਦੇਵਾਂਗੇ ਜਨਾਬ ਇਦਾਂ ਦੀ ਚੀਜ਼ ਪਾ ਕੇ ਦੇ ਜਿਹੜੀ ਬੰਦਾ ਘਰ ਵੀ ਰੱਖ ਲਵੇ ਤੇ ਚਾਚਾ ਘਰ ਨਹੀਂ ਰੱਖਿਆ ਜਿਹੜਾ ਸਿਆਣਾ ਬੰਦਾ ਘਰ ਲਈ ਤੇ ਰੱਖੋ ਇਹਦੀ ਸ਼ੋਅ ਬਣਦੀ ਹਾਂ ਮੂੰਹ 'ਚ ਗੁਲਦਸਤੇ ਦੇ ਕੇ ਲਓ ਜੀ ਭਾਈ ਨੇ ਗੱਲ ਸੁਣੋ ਮੈਂ ਚਾਚਾ ਇਹਨਾਂ ਦਾ ਫੈਸਲਾ ਕਰਦਾ ਲਓ ਜੀ ਭਾਈ ਨੇ ਇੱਕ ਸਵਾਲ ਦਾ ਤੁਸੀਂ ਮੇਰੇ ਦਾ ਜਵਾਬ ਦੇਣਾ ਮੈਂ ਦੇਣਾ ਨਹੀਂ ਦੋਵਾਂ 'ਚੋਂ ਜਿੰਨੇ ਮਰਜ਼ੀ ਦੇਤਾ ਜਿਹਨੇ ਜਵਾਬ ਦੇਤਾ ਨਾ ਫੈਸਲਾ ਉਹਦੇ ਹੱਕ 'ਚ ਹੋਏਗਾ ਲਓ ਜੀ ਭਾਈ ਨੇ ਇੱਕ ਡਾਕਟਰ ਨਾ ਇੱਕ ਮਰੀਜ਼ ਨੂੰ 3 ਖੁਰਾਕਾਂ ਦਿੰਦਾ ਅੱਛਾ ਜੀ ਉਹ ਕਹਿੰਦਾ ਤੂੰ 1.5 ਘੰਟੇ ਬਾਅਦ 1-1 ਖਾਣੀ ਆ ਉਹਨੇ ਦੱਸੋ ਕਿੰਨੀ ਦੇਰ 'ਚ ਕਿੰਨੇ ਟਾਈਮ 'ਚ 3 ਖੁਰਾਕਾਂ ਖਤਮ ਹੋਣਗੀਆਂ ਜਿਹਦੇ ਕੋਲ ਜਵਾਬ ਉਹਨੂੰ ਹੱਥ ਖੜਾ ਕਰੇ ਮੈਂ ਉਹਦੇ ਮਾਈਕ ਕਰ ਲਵਾਂਗਾ
ਹਾਂਜੀ ਉਰੇ ਆਓ ਖੁਰਾਕ ਬਿਲਕੁਲ ਸਹੀ ਗੱਲ ਲੰਬੀ ਵੀ ਬਿਮਾਰੀ ਹੈ ਨਾ ਨਹੀਂ ਨਹੀਂ ਦੱਸੋ ਗੁੱਸਾ ਨਾ ਕਰਿਓ ਚਾਚੀ ਹੁਣ ਇਹ ਦੰਦੀਆਂ ਕੱਢ ਰਹੇ ਨੇ ਗੁੱਸਾ ਨਾ ਕਰਿਓ ਆਦ ਹੁਣ ਕੱਢ ਰਹੇ ਐ ਦੇ ਹਾਂਜੀ ਭੈਣ ਦੱਸੋ ਭੈਣ ਕੂੜੇ ਦਾ ਸਵਾਲ ਆ ਤੁਹਾਡੇ ਦਾ ਭੈਣ ਮੈਂ ਗੱਲ ਕਹੀ ਆ ਕਿ ਤੁਸੀਂ ਕਿੰਨੀ ਦੇਰ ਚ ਤਿੰਨ ਖੁਰਾਕਾਂ ਖਾਓਗੇ ਠੀਕ ਆ ਜੀ ਭੈਣ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਤਿੰਨ ਮਿੰਟ ਚ ਖਾ ਲਓਗੇ ਇੱਕ ਖੁਰਾਕ ਖਾਣ ਲੱਗਿਆ ਇੱਕ ਮਿੰਟ ਲੱਗ ਜਾਏਗਾ ਜ਼ਿਆਦਾ ਉਹਨੇ ਕਿਹਾ ਡੇਢ ਘੰਟੇ ਬਾਅਦ ਖਾਣੀ ਆ ਭੈਣ ਹੁਣ ਤੁਸੀਂ ਆ ਗਿਆ ਹਿਸਾਬ ਬਰਾਬਰ ਤੁਹਾਡਾ ਤੁਸੀਂ ਜਵਾਬ ਨਹੀਂ ਦਿੱਤਾ ਹੁਣ ਕੀ ਕਰਾਂ ਹੁਣ ਮੈਂ ਕਹਿੰਦਾ ਫੇਰ ਸ਼ੁਰੂ ਤੋਂ ਉੱਥੋਂ ਹੀ ਕਰੀਏ ਆਪਾਂ ਇਹੋ ਜਿਹੇ ਨਿਆਣੇ ਤਾਂ ਕਹਿੰਦਾ ਚਲੋ ਠੀਕ ਆ ਜੀ ਜਿਨ੍ਹਾਂ ਨੇ ਕੂੜਾ ਸੁੱਟਿਆ ਨਾ ਓਨਾ ਹੀ ਹੋਰ ਦੇ ਦੇਵੇ ਗੱਲ ਮੁੱਕਦੀ ਹੈ ਆਪ ਖਾ ਵੀ ਜਾਂਦੇ ਆ ਸਾਨੂੰ ਖਾਲੀ ਡੱਬੇ ਦੇਣ ਲਈ ਰੱਖੇ ਇਹਨਾਂ ਨੇ ਮੇਰੀ ਗੱਲ ਸੁਣ ਲੈ ਸਾਥ ਲੈ ਨਹੀਂ ਗੱਲ ਸੁਣ ਲੈ ਹੁਣ ਥੋੜੀ ਕੂੜਾ ਚੁੱਕਣ ਵਾਲੀ ਫੱਟੀ ਹੁੰਦੀ ਹੈ ਜਿਹਨੇ ਜੁਗਤ ਜਿਹੜਾ ਬੰਦਾ ਰਹਿ ਗਿਆ ਯਾਨੀ ਕਿ ਉਹਨਾਂ ਨੇ ਜੁਗਤ ਮਾਰਤੀ ਆ ਤੁਹਾਨੂੰ ਨਹੀਂ ਆਮਦ ਹੋਈ ਤੁਸੀਂ ਹਾਰ ਗਏ ਅਗਰ ਉਹਨਾਂ ਨੂੰ ਉਹਨਾਂ ਨੂੰ ਨਹੀਂ ਜੁਗਤ ਆਈ ਤੇ ਉਹ ਹਾਰ ਗਏ ਠੀਕ ਆ ਫੌਰਨ ਫੌਰਨ ਜੁਗਤਾਂ ਮਾਰਨੀਆਂ ਨੇ ਠੀਕ ਆ ਹਾਂਜੀ ਚਲੋ ਇਹ ਪੰਜ ਤੁਸੀਂ ਮਾਰੋ ਐ ਭਾਈ ਕਹਿੰਦਾ ਆਪੂ ਜੀ ਆਪਾਂ ਜਾਨਵਰ ਰੱਖਣਾ ਇਹ ਤਾਂ ਬੁ ਕਹਿੰਦਾ ਪੁੱਤ ਮੈਂ ਤੇਤੇ ਯਕੀਨ ਆ ਚਾਚੇ ਮੈਨੂੰ ਕਿਉਂ ਜੁਗਤ ਕੀਤੀ ਤੁਸੀਂ ਮੇਰਾ ਦਿਲ ਕਰਦਾ ਸੀ ਮੈਂ ਕਰ ਦਿੱਤੀ ਚਲੋ ਮੈਂ ਤੇ ਨਾ ਕਰਾਂ ਇੱਕ ਜੁਗਤਾਂ ਮੈਂ ਤੇ ਨਾ ਕਰਾਂ ਤੁਸੀਂ ਵੀ ਕਰ ਲੈਣ ਏਅਰਪੋਰਟ ਦਾ ਹਾਕਰ ਹੁੰਦਾ ਇਹਨਾਂ ਦਾ ਸਿਰ ਦੇਖਿਆ ਜਿਵੇਂ ਹੈਲਮਟ ਦਾ ਕੱਪੜਾ ਪਾਟਿਆ ਹੁੰਦਾ ਬਿਸਮਿਲ੍ਲਾ ਭਾਜੀ ਇਹਦਾ ਮੂੰਹ ਵੇਖੋ ਤੰਦੂਰ ਤੇ ਨਰਸ ਰੱਖੀ ਹੁੰਦੀ ਗੌਰ ਨਾ ਵੇਖੋ ਯਾਰ ਨਰਸ ਹੁੰਦੀ ਇਦਾਂ ਦੀ ਸਭ ਤੋਂ ਪਹਿਲੇ ਗੱਲ ਹੀ ਗਲਤ ਕਰ ਦਿੱਤੀ ਆ ਤੂੰ ਯਾਰ ਇਹ ਜੀ ਨਰਸ ਹੋਵੇ ਨਾ ਟੀਕਾ ਲਾਉਣਾ ਮਰੀਜ਼ ਕਹਿੰਦਾ ਤੂੰ ਰਹਿਣ ਦੇ ਮੈਂ ਮਰਦਾ ਮਰਨ ਦੇ ਤੂੰ ਮੇਰੇ ਕੋਲੋਂ ਚੱਲੀ ਜਾਵਾ ਤੁਸੀਂ ਕਾਹਤੋਂ ਵੇਖੀਆਂ ਕਿ ਨਾ ਮੈਂ ਵੇਖਣ ਪੈਪਾਂ 'ਚ ਸ਼ੀਰਾ ਆਇਆ ਕਿੱਥੋਂ ਅੱਛਾ ਪਹਿਲੀ ਗੱਲ ਦੇਖਣ ਡਿਆ ਪੈਪ ਆਪਣੇ ਮੂੰਹੋਂ ਬੋਲਣ ਡਿਆ ਯਾਰ ਇਹ ਜਿਹੜੀ ਨਾ ਇਹ ਜੁਗਤ ਨਹੀਂ ਹੁੰਦੀ ਕੋਈ ਠਹਿਰ ਜਾ ਏਦਾਂ ਤੇ ਤੂੰ ਜਿਹੜੀ ਗੱਲ ਕਰੀ ਜੇ ਮੈਂ ਉਹਦੇ 'ਚ ਅੱਗੋਂ ਵਾਧਾ ਪਾਈ ਜਾਵਾਂਗਾ ਚਲੋ ਤੁਸੀਂ ਜੋ ਕਹੋ ਕਹਿੰਦਾ ਤੂੰ ਮੇਰੇ ਖਾਂਦਾ ਕੂੜਾ ਤੇਰੇ ਵਾਲੀ ਮੈਨੂੰ ਆ ਰਿਹਾ ਲੱਗਦਾ ਹਾਂਜੀ ਮੈਨੂੰ ਲੱਗਦਾ ਮੈਂ ਜਿੱਦਾਂ ਕੱਲਾ ਰਹਿ ਗਿਆ ਮੇਰੇ ਵਾਲਾ ਯਾਰ ਆਹੋ ਤੇ ਜਾਤੀ ਯਾਰ ਮੁੰਡੇ ਘੋੜੇ ਦੇ ਨਾਲ ਦਿਓ ਯਾਰ ਚਾਹੇ ਇਧਰ ਆ ਯਾਰ ਚਾਚਾ ਤੂੰ ਤੇ ਝੂਟਾ ਹੀ ਲਾ ਰਿਹਾ ਜਦੋਂ ਆਇਆ ਚਾਚਾ ਤੈਨੂੰ ਸੀਟ ਹੀ ਕੋਈ ਨੀ ਪਸੰਦ ਆ ਰਹੀ
ਇਹਨੂੰ ਨਾ ਖਬਰ ਮਿਲੀ ਕਿ ਇਹਦਾ ਦੋਸਤ ਫੌਤ ਹੋ ਗਿਆ, ਉਹਨਾਂ ਦੇ ਘਰ ਗਿਆ ਅਤੇ ਅੱਗੇ ਜਾਂਦਿਆਂ ਨੂੰ ਮਈਅਤ ਨਹੀਂ ਸੀ ਆਈ ਹਾਲੇ, ਉਹਨਾਂ ਨੂੰ ਕਹਿੰਦਾ ਮਈਅਤ ਨਹੀਂ ਆਈ, ਉੱਧਰੋਂ ਐਂਬੂਲੈਂਸ ਆ ਗਈ, ਕਹਿੰਦਾ ਬੜੀ ਲੰਮੀ ਉਮਰ ਹੈ ਨਾ ਹੀ ਲਿਆ ਸੀ ਹਾਲੇ। ਇਹ ਝੰਗ ਬਾਜ਼ਾਰ ਨਾ ਐਲ ਈ ਡੀ ਲੈ ਕੇ ਫਿਰਨ ਡਿਆ, ਮੈਂ ਕਿਹਾ ਉਹ ਕਿੱਧਰ, ਕਹਿੰਦਾ ਪੋਚ ਲੈਣ ਆਇਆ। ਇਹਨਾਂ ਘਰੋਂ ਸੱਪ ਨਿਕਲ ਆਇਆ ਤੇ ਫੜ ਕੇ ਟੇਪ ਕਰਕੇ ਉੱਤੇ ਸਟਿੱਕ ਬਣਾ ਲਈ। ਇਹ ਆਪਣੇ ਤਾਏ ਦੇ ਘਰ ਕਿਰਾਏ ਤੇ ਮਕਾਨ ਤੇ ਰਹਿੰਦੇ ਸੀਗੇ ਤੇ ਮਹੀਨੇ ਤੇ ਮਹੀਨੇ ਕਿਰਾਇਆ ਲੈਣ ਜਾਂਦਾ ਇਹਦਾ ਤਾਇਆ, ਤੇ ਇੱਕ ਦਿਨ ਇਹਦਾ ਆਪਣੇ ਤਾਏ ਨੂੰ ਕਹਿੰਦਾ, ਕਹਿੰਦਾ ਤਾਇਆ ਜੀ ਤੁਸੀਂ ਤਾਂ ਮਹੀਨੇ ਦੇ ਚੰਦ ਵਾਂਗੂ ਨਜ਼ਰ ਆਉਂਦੇ ਆ, ਕਹਿੰਦਾ ਪੁੱਤ ਕਿਰਾਇਆ ਟਾਈਮ ਨਾਲ ਦੇਵੋ ਤੇ ਇਹ ਵੀ ਨਾ ਚੜੇ। ਬਾਹਰੋਂ ਆਇਆ ਆਂਡਿਆਂ ਸਿੱਧਾ ਹੀ ਵਾਸ਼ਰੂਮ 'ਚ ਵੜ ਗਿਆ, ਵਾਸ਼ਰੂਮ 'ਚ ਦੇਖਿਆ ਤਾਂ ਲੋਟਾ ਹੈ ਨਹੀਂ, ਜਦੋਂ ਕਪਾਰ ਹਲਕਾ ਆਇਆ ਕਹਿੰਦੇ ਦੇਖਿਆ ਲੋਟਾ ਹੈ ਨਹੀਂ, ਤੇ ਕਹਿੰਦਾ ਅੰਮੀ ਜੀ ਅੰਦਰ ਲੋਟਾ ਹੈ ਨਹੀਂ, ਉਹਦੀ ਅੰਮੀ ਕਹਿੰਦੀ ਅੰਦਰ ਕੜਾਹੀਆ 'ਚੋਂ ਪਿਆ, ਅਤੇ ਅੱਗੋਂ ਕਹਿੰਦਾ ਮੈਂ ਇੱਥੇ ਨੀਲ ਦੇਣਾ। ਹਾਂਜੀ ਹਾਂਜੀ ਇਹ ਵੀ ਬਾਹਰੋਂ ਆਇਆ ਗਰਮੀ ਦੇ ਦਿਨ, ਅਤੇ ਆਉਂਦਿਆਂ ਕਹਿੰਦਾ ਅੰਮੀ ਜੀ ਮੈਨੂੰ ਪਾਣੀ ਪਿਲਾਓ, ਅੰਮੀ ਇਹਦੀ ਕੱਪੜੇ ਧੋਣ ਦੀ, ਕਹਿੰਦੀ ਪੁੱਤ ਇੱਥੇ ਠੰਡਾ ਪਾਣੀ ਕਰਕੇ ਆਪ ਹੀ ਪੀ ਲਾ, ਅਤੇ ਆਲੇ ਦੁਆਲੇ ਦੇਖਿਆ ਤਾਂ ਕਿਤੇ ਬਰਫ਼ ਨਹੀਂ ਦੀ ਸੀ, ਅਤੇ ਜਦੋਂ ਉੱਠ ਕੇ ਇਹਦੀ ਅੰਮੀ ਕਹਿੰਦੀ ਵੇਖ ਲਾ, ਉੱਠ ਕੇ ਵੇਖਿਆ ਤਾਂ ਇੰਨੇ ਕੁ ਘਾਹ ਦੇ ਉੱਤੇ ਇੰਨੀ ਕੁ ਬਰਫ਼ ਪਈ, ਅਤੇ ਕਹਿੰਦਾ ਅੰਮੀ ਸਿੱਧੀ ਤਰ੍ਹਾਂ ਨਹੀਂ ਦੱਸਦੀ ਮਰੱਬੇ ਪਈ ਹੈ, ਇੰਨਾ ਕੁ ਘਾਹ ਦੇ ਮਰੱਬਾ। ਬੱਗੀ ਤੇ ਪੁਲਿਸ ਆਈ ਹੁੰਦੀ, ਬੱਗੀ ਤੇ ਪੁਲਿਸ ਆਈ ਹੁੰਦੀ, ਉਹ ਸੀ ਬੱਗੀ ਥੱਲੇ ਤੂੰ ਆਇਆ ਹੁਣ। ਬਹੀਆਂ ਸਬਜ਼ੀਆਂ ਦਾ ਠੇਕੇਦਾਰ ਹੁੰਦਾ, ਲੁੱਡੋ ਤੇ ਘਰ ਰਿਹਾ, ਲੁੱਡੋ ਤੇ ਘਰ ਰਿਹਾ ਹੁੰਦਾ। ਚਲੋ ਭੈਣ ਮੁਰਦੇ ਨੇ ਠਹਿਰ, ਬੁੱਢਾ ਸ਼ੈਤਾਨ ਹੁੰਦਾ, ਗੌਰ ਦਾ ਮੂੰਹ ਵੇਖੋ, ਬੁੱਢੀਆਂ ਨੀ ਕਹਿੰਦੀਆਂ ਆਓ ਨੀ ਭੈਣਾ ਮੂੰਹ ਵੇਖਾਈ। ਚਾਚੇ ਹੋਣਾ ਜ਼ਰਾ ਗੌਰ ਨਾ ਦੇਖਿਓ, ਖੱਟੇ ਖੱਟੇ ਵਾਲੀ ਰੇਹੜੀ ਦੇ ਨਾ ਇੱਦਾਂ ਦੀ ਚਾਟੀ ਹੁੰਦੀ ਪਈ ਆ ਚਾਚੇ, ਇਹਦਾ ਮੂੰਹ ਦੇਖੋ ਜਿਵੇਂ ਫਾਂਸੀ ਲਿਖਣ ਵਾਲਾ ਪੈਨ ਹੁੰਦਾ। ਅੱਛਾ ਖਰਬੂਜ਼ੇ ਲੱਗੇ ਹੋਣ, ਉਹਨਾਂ ਨੂੰ ਬੰਦਾ ਅੱਗੇ ਹੋ ਕੇ ਸੁੰਘਣ ਲੱਗਦਾ ਤੇ ਇੱਦਾਂ ਦਾ ਭੱਬੂ ਵਿੱਚੋਂ ਨਿਕਲਦਾ। ਗੌਰ ਨਾ ਮੂੰਹ ਵੇਖੋ, ਕੰਨ ਨਾਲ ਚਾਹ ਪੀਤੀ ਹੁੰਦੀ। ਇਹ ਭਾਈ ਚਾਹ ਲੈ, ਚਾਹ ਵਾਲੀ ਦੁਕਾਨ ਤੇ ਗਿਆ ਤੇ ਦਸਾਂ ਦੀ ਚਾਹ ਲਈ ਤੇ ਕਹਿੰਦਾ ਭੈਣ ਵਿੱਚ ਮੱਖੀ ਪੈ ਗਈ, ਕਹਿੰਦਾ ਤੈਨੂੰ ਦਸਾਂ ਘੋੜਾ ਪਾ ਦਈਏ। ਇਹ ਭਾਈ ਸਿਰੀਆਂ ਲੈਣ ਗਿਆ ਸਿਰੀਆਂ, ਕਹਿੰਦਾ ਸਾਰੀ ਮੇਰੀ ਵਰਗੀਆਂ ਹੀ ਰਹਿਣ ਦਿੰਦਾ ਵਾ, ਤੇ ਤੂੰ ਇਹ ਵੀ ਰਹਿਣ ਨੀ ਦਿੰਦਾ। ਇਹ ਭਾਈ ਉਹਨਾਂ ਨੇ ਆਪਣਾ 14,000 ਦਾ ਟੀ ਵੀ ਬਣਤਾ, ਕਿਉਂ ਫਰੀਦੀ ਨੇ ਛੱਕਾ ਮਾਰਿਆ, ਗੇਂਦ ਗਵਾਜੀ ਚੱਕ ਕੇ ਹਾਰਡ ਮਾਲ ਵਿੱਚ ਮਾਰੀ, ਕਹਿੰਦਾ ਆਹ ਲੈ ਲਓ। ਇਹਦਾ ਵੀ ਹਮਾਮ ਸੀ ਭਾਜੀ, ਇੱਕ ਮੰਮੀ ਡੈਡੀ ਬੱਚਾ ਵਾਲ ਕਟਾਉਣ ਆਇਆ, ਵਾਲ ਕੱਟ ਤੇ ਉਹਦੇ ਇੱਥੋਂ ਖੜੇ ਹੋ ਗਏ, ਕਹਿੰਦਾ ਅਗਰ ਜੇ ਕੱਟ ਦੀ ਉਹ ਹੀ ਖੜੇ ਹੋ ਜਾਏਗੇ। ਕਬਰਸਤਾਨ ਦਾ MP ਹੁੰਦਾ, ਨਹੀਂ ਉਹਦੀ ਉਰਦੂ ਕੈਸੀ ਸੀ, ਇਹ ਰਹਿਣੇ ਤੋਂ ਅਗਰ ਮੈਨੇ ਕਾਟ ਦੀਏ ਨਾ, ਇਹ ਸਗੋਂ ਹੀ ਖੜੇ ਹੋ ਜਾਏਗੇ। ਮੈਂ ਕਿਹਾ ਜਦੋਂ ਮਾਰੇਗਾ ਮੈਂ ਫਰਿਸ਼ਤਿਆਂ ਨੂੰ ਕੀ ਹਿਸਾਬ ਦੇਗਾ, ਕਹਿੰਦਾ ਉਹਨਾਂ ਨੂੰ ਕਾਲਾ ਦੇਣਾ, ਉਹਨਾਂ ਨੇ ਕੀ ਮੈਨੂੰ ਦਿੱਤਾ। ਅੱਛਾ ਯਾਰ ਮੈਂ ਰੰਗ ਭਾਵੇਂ ਉਹਦਾ ਕਾਲਾ ਹੈ, ਲੇਕਿਨ ਯਕੀਨ ਕਰੋ ਮਤਲਬ ਦਿਲ ਦਾ ਉਹ ਉਸ ਤੋਂ ਵੀ ਕਾਲਾ ਲੱਗਦਾ। ਇਹ ਤਾਂ ਭਾਈ ਦੱਸਣਾ ਨਾ ਕਿਸੇ ਨੂੰ, ਬਸ ਦੱਸਣਾ ਨਾ। ਇਹ ਭਾਈ ਇਹ ਵੀ ਨਹੀਂ ਕਹਿ ਸਕਦਾ ਮੈਂ ਚਿੱਟਾ ਨਾ ਪੜਵਾਂ। ਬਹੁਤ ਅੱਛਾ ਹੈ ਜੀ, ਡਾਕਟਰ ਸੀਗੇ, ਡਾਕਟਰ ਸੀਗੇ, ਬੀਬੀ ਦਵਾਈ ਲੈਣ ਆਈ, ਕਹਿੰਦੀ ਭਾਜੀ ਬੱਚਾ ਦੰਦੀਆਂ ਕੱਢਦਾ, ਕਹਿੰਦਾ ਕਿਹਨੂੰ ਕੱਢਦਾ। ਡਾਕਟਰ ਕੋਲ ਦਵਾਈ ਲੈਣ ਗਏ, ਡਾਕਟਰ ਕੋਲ ਦਵਾਈ ਲੈਣ ਗਏ, ਡਾਕਟਰ ਸਾਹਿਬ ਮੈਨੂੰ ਠੰਡ ਬਹੁਤ ਲੱਗਦੀ ਆ, ਉਹ ਕਹਿੰਦਾ ਅੰਬ ਖਾਇਆ ਕਰ, ਇਹਨੇ ਅੰਬ ਵਾਲੀ ਕਮੀਜ਼ ਸਮਾ ਲਈ। ਇਹਨਾਂ ਘਰ ਮਿਸਤਰੀ ਲੱਗੇ, ਕਹਿੰਦਾ ਆਹ ਥੱਲੋਂ ਪੌਣਾ ਫੜਾ, ਇਹਨੇ ਰੋਟੀ ਵਾਲਾ ਫੜਾ ਦਿੱਤਾ। ਤੇ ਉਹਨੇ ਕਿਹੜਾ ਕਿਹਾ ਸੀ, ਉਹਨੇ ਪੌਣਾ ਕਿਹਾ, ਇੱਟ ਦਾ ਪੌਣਾ। ਮਹੀਨੇ ਦੇ ਆਧਾਰ ਤੇ ਚਪੇੜਾਂ ਖਾਧੀਆਂ ਹੁੰਦੀਆਂ। ਅੱਛਾ 15 ਮਿੰਟ ਜਿਹਨੇ ਇੱਕ ਗੱਲ ਸੋਚ ਕੇ ਬੈਠਾ ਹੁੰਦਾ, ਹਾਂ ਉਹ ਪਿੱਛੇ ਦੱਸਦੇ, ਖੈਰ ਖੈਰ ਪਿੱਛੋਂ ਗੱਲਾਂ ਹੁੰਦੀਆਂ ਉਹਨਾਂ ਨੂੰ। ਚਲੋ ਤੈਨੂੰ ਕੋਈ ਨੀ ਦੱਸਣ ਵਾਲਾ ਪਿੱਛੋਂ, ਮੈਨੂੰ ਪਿੱਛੇ ਮੈਂ ਆਪਣੇ ਕੋਲ ਹੀ ਕਰਨੀਆਂ ਜਿਹੜੀਆਂ ਕਰਨੀਆਂ, ਮੇਰੇ ਪਿੱਛੇ ਸੁੱਤੇ। ਹਾਂਜੀ ਹਾਂਜੀ ਚਮਚੀ ਨਾਲ ਕਬਰ ਕੱਢੀ ਹੁੰਦੀ। ਹਾਂ ਚੱਲ ਆ ਜਾ ਬਈ, ਇਹ ਦੋਵੇਂ ਭਰਾ ਕਦੀ ਇਕੱਠੇ ਨਹੀਂ ਖਲੋਤੇ, ਕਿਉਂ ਉਹ ਕਹਿੰਦਾ ਤੇਰੇ ਹੀ ਸਦੀਆਂ ਮੱਖੀਆਂ ਮੇਰੇ ਤੇ ਬਹਿ ਜਾਂਦੀਆਂ। ਅੱਛਾ ਕੈਸੀ ਗੱਲ ਆ, ਮੱਖੀਆਂ ਮੂੰਹੋਂ ਬੋਲਣ ਡਈਆਂ। ਇਹ ਕਿਹਦੇ ਨੇ ਕਰਨ ਰੋਂਦਾ ਨਿਕਲਿਆ। ਅੱਛਾ ਮੈਂ ਕਿਹਾ ਕੀ ਹੋਇਆ, ਕਹਿੰਦਾ ਮੇਰਾ ਤਬਾਦਲਾ ਹੋ ਗਿਆ।
ਯਾਰ ਆ ਭੈਣ ਐ ਭੈਣ ਕੌਣ ਨੇ ਭਾਈ ਵੱਡੇ ਸਕਾ ਭਾਈ ਤੇਰਾ ਹਾਂਜੀ ਤਦੇ ਤੁਸੀਂ ਸਕੇ ਭਾਈ ਇਥੇ ਸਾਰੇ ਸਕੇ ਹੀ ਆ ਕੋਈ ਨਹੀਂ ਨਹੀਂ ਤੁਸੀਂ ਕੋਈ ਖਾਸ ਸਕੇ ਹਾਂਜੀ ਅੱਛਾ ਅੱਛਾ ਮਤਲਬ ਠੀਕ ਹੈ ਤਦੀ ਤਦੀ ਲੈ ਵੀ ਤੇਰਾ ਭਰਾ ਭਰਾ ਭਰਾਵਾਂ ਦੀਆਂ ਲੱਤਾਂ ਹੁੰਦੀਆਂ ਨੇ ਇਹਨਾਂ ਰੋਜ਼ਾ ਰੱਖਿਆ ਇਹ ਘਰਦਿਆਂ ਡੱਕ ਤੱਕ ਤੋੜ ਨਾ ਲਵੇ ਕਹਿੰਦਾ ਬੂਹਾ ਖੋਲਦਾ ਨਹੀਂ ਤਾਂ ਮੈਂ ਕੰਧ ਝੱਟ ਲੈਣੀ ਅੱਛਾ ਇਹ ਚਾਚੇ ਹੋਣੀ ਨਾ ਇੰਨੇ ਹੁਸ਼ਿਆਰ ਨੇ ਲੈਣ ਗੱਡੀ ਦੇ ਵਿੱਚ ਲੈਣ ਗੱਡੀ ਦੇ ਵਿੱਚ ਬੈਠੇ ਤੇ ਰਸ਼ ਬਹੁਤ ਸੀ ਕਹਿੰਦੇ ਮੈਂ ਜ਼ਰਾ ਇਕੱਲਾ ਬਾਵਾਂ ਤੇ ਇਹਨਾਂ ਨੇ ਇੱਕ ਸਕੀਮ ਸੋਚੀ ਤੇ ਰੋਲਾ ਪਾਤਾ ਇਹਦੇ ਵਿੱਚ ਸੱਪ ਆ ਇਹਦੇ ਵਿੱਚ ਸੱਪ ਆ ਡੱਬਾ ਹੀ ਸੱਪ ਉਹ ਡੱਬਾ ਪਿੱਛੇ ਛੱਡ ਕੇ ਲਾ ਕੇ ਟ੍ਰੇਨ 'ਚ ਕਰਾਚੀ ਜਾ ਰਿਹਾ ਬੀਬੀਏ ਦੇ ਅੱਗੋਂ ਹੀ ਉੱਠੇ ਬੱਚਾ ਲੈ ਕੇ ਚੱਲ ਜਾਏ ਵਾਸ਼ਰੂਮ 'ਚ ਦੋ ਤਿੰਨ ਵਾਰਾਂ ਇਹਨੇ ਦੇਖਿਆ ਕਹਿੰਦਾ ਬੀਬੀ ਬਹਿ ਜਾ ਜਿੱਥੇ ਲਿਖੀ ਉੱਥੇ ਜਾਣੀ ਆ ਭਾਈ ਤੁਸੀਂ ਕੋਈ ਸੁਣੋ ਹਾਂਜੀ 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 ਕੋਈ ਟ੍ਰੇਨ 'ਚ ਬਹਿ ਗਿਆ ਆਉਣ ਜਾਣ ਟਿਕਟ ਲੈ ਕੇ ਟਿਕਟ ਦੇ ਕੇ ਹੱਸ ਪਵੇ ਰੱਖ ਲਵੇ ਹੱਸ ਲਵੇ ਰੱਖ ਬੰਦਾ ਪੁੱਛਦਾ ਟਿਕਟ ਦੇ ਕੇ ਹੱਸਾਂ ਤੂੰ ਕਾਹਤੋਂ ਆ ਕਹਿੰਦਾ ਮੈਂ ਕਿਹੜਾ ਦੇ ਕੇ ਮੈਂ ਟਿਕਟ ਆਉਣ ਜਾਣ ਦਾ ਲਿਆ ਪਰ ਮੈਂ ਆਉਣਾ ਹੈ ਨਹੀਂ ਮੈਂ ਸਿਰਫ ਜਾ ਰਿਹਾ ਹਾਂਜੀ ਇਹਨਾਂ ਦੇ ਮਹੱਲੇ ਦੇ ਵਿੱਚ ਇੱਕ ਐਸਾ ਮੁਨਕਰ ਆ ਗਿਆ ਜਾਣੀ ਕਿਸੇ ਨੂੰ ਨਹੀਂ ਮੰਨਦਾ ਅਤੇ ਖਤਮ ਤਾਂ ਇਹਨਾਂ ਦੇ ਘਰ ਆਟਾ ਆਉਣਾ ਅਤੇ ਇੱਕ ਦਿਨ ਦੋ ਦਿਨ ਦੇਖਿਆ ਇਹਨੇ ਤੀਸਰੇ ਦਿਨ ਜਦੋਂ ਖਤਮ ਦਵਾਇਆ ਨਾ ਤਾਂ ਉਹ ਉੱਠਿਆ ਹੀ ਨਹੀਂ ਉਹ ਰੋਟੀ ਖਾਈ ਜਾਵੇ ਉਹਦੇ ਕੋਲ ਜਾ ਕਹਿੰਦਾ ਸਰਕਾਰ ਨੂੰ ਮੰਨਦੇ ਆਖੇ ਕਹਿੰਦਾ ਨਹੀਂ ਕਹਿੰਦਾ ਉੱਠ ਖੜੋ ਫਿਰ ਅਸੀਂ ਤੁਹਾਨੂੰ ਮੰਨ ਗਏ ਹਾਂਜੀ ਭਾਈ ਨੇ ਨਵੀਂ ਮੋਟਰਸਾਈਕਲ ਲੈ ਲਈ ਅੱਛਾ ਸਾਈਡ ਸ਼ੀਸ਼ਾ ਲਵਾਇਆ ਹੋਇਆ ਬੜੀ ਸਪੀਡ ਨਾਲ ਜਾ ਰਿਹਾ ਅਤੇ ਥੋੜ੍ਹਾ ਜਿਹਾ ਅੱਗੇ ਗਿਆ ਨਾ ਇਹਨੇ ਸਾਈਡ ਸ਼ੀਸ਼ਾ ਵੇਖਿਆ ਅਤੇ ਨਾ ਗੱਡੀ ਰੋਕ ਲਈ ਮੈਂ ਕਿਹਾ ਕੀ ਹੋਇਆ ਕਹਿੰਦਾ ਅੱਗੇ ਰਸ਼ ਬਹੁਤ ਆ ਵਾਪਸ ਚੱਲੀਏ ਭਾਈ ਹੋਣੇ ਸਾਈਡ ਸ਼ੀਸ਼ਾ 'ਚ ਮਾਮਾ ਪਿੱਛੇ ਦਾ ਰਸ਼ ਨਜ਼ਰ ਆਉਂਦਾ ਭਾਈ ਹੋਣੇ ਤਿੰਨ ਜਾਣੇ ਮੋਟਰਸਾਈਕਲ 'ਤੇ ਬਹਿ ਕੇ ਜਾਣ ਦੇ ਇਹਨਾਂ ਦੀ ਗਲਤੀ ਸੀ ਪੁਲਿਸ ਵਾਲੇ ਨੇ ਹੱਥ ਦਿੱਤਾ ਕਹਿੰਦਾ ਤੈਨੂੰ ਕਿੱਥੇ ਬਾਲੀ ਅੱਗੇ ਤਿੰਨ ਜਾਣੇ ਇਹਨੇ ਕੋਈ ਪੁਰਾਣੀ ਗੱਠੜੀ ਖੋਲ ਲਈ ਉਸਤਾਦ ਜੀ ਉਹਨੂੰ ਬੰਦ ਕਰ ਬੇਟਾ ਨਵੀਂ ਖੋਲ ਪਾਵੇ ਛੋਟੀ ਖੋਲ ਲਾ ਮਹੱਲੇ 'ਚ ਖਾਲਾਂ ਜਾਣੀ ਮੈਂ ਕਿਹਾ ਖਾਲਾ ਕੀ ਹਾਲ ਆ ਕਹਿੰਦਾ ਖਾਲਾ ਨਾ ਦੱਸੀ ਨਾ ਦੱਸੀ ਨੇ ਅੱਗੇ ਦੱਸ ਦੇਣੀ ਇਹਨਾਂ ਦੀ ਫਰੂਟ ਦੀ ਦੁਕਾਨ ਸੀ ਡਾਕੂ ਆ ਗਏ ਕਹਿੰਦੇ ਕੱਢ ਦੇ ਜੋ ਕੁਛ ਹੈ ਕਹਿੰਦਾ ਗੱਲੇ ਵਾਲੇ ਲਾ ਲਓ ਸਲੂਕੇ ਵਾਲੇ ਮੈਂ ਨਹੀਂ ਦੇਣੇ ਭੈਣ ਤੁਸੀਂ ਤੁਸੀਂ ਕੋਈ ਗੱਲ ਕਰੋ ਭੈਣ ਕਹਿੰਦਾ ਮੂੰਹ ਦੇਖੋ ਵਾਗਾ ਵਾਲਾ ਰਕਸ਼ਾ ਹੁੰਦਾ ਪਿਸਟਲ ਦੇ ਘੋੜੇ ਨੂੰ ਮਸਾਲਾ ਦਿੱਤਾ ਹੁੰਦਾ ਇਹਦਾ ਮੂੰਹ ਹਾਂਜੀ ਭੈਣ ਅੰਨੇ ਦਾ ਪੇਚਾ ਵਧਿਆ ਹੁੰਦਾ ਓਏ ਹੋਏ ਹੋਏ ਹਾਂਜੀ ਭੈਣ ਹਾਂਜੀ ਕੈਂਚੀ ਨਾਲ ਕਲੂਨੀ ਕੱਟੀ ਹੁੰਦੀ ਏਦਾਂ ਦੀਆਂ ਕਰਨੀਆਂ ਟੋਏ 'ਚ VCR ਲੱਗਾ ਹੁੰਦਾ ਮਰੇ ਖੱਬੀ ਜੇਬ 'ਚ ਪਰੌਠਾ ਪਾਇਆ ਹੁੰਦਾ ਚੌ ਨੁਕਰਾਂ ਵਾਲਾ ਸਮੋਸਾ ਹੁੰਦਾ ਮਰੇ ਗੇਟਾਂ 'ਤੇ ਚੀਨੀ ਰੂੜੀ ਹੁੰਦੀ ਮਰੇ ਚੌਂਕ 'ਚ ਕੋਈ ਵੀ ਨਹੀਂ ਹੁੰਦਾ ਮਰੇ ਏਦਾਂ ਦੀਆਂ ਕਰਨੀਆਂ ਲੈ ਚੌਂਕ 'ਚ ਕੋਈ ਵੀ ਨਹੀਂ ਹੁੰਦਾ ਮਰੇ ਇਹ ਮੰਗਣ ਡਿਆ ਮੈਂ ਕਿਹਾ ਯਾਰ ਮੰਗਿਆ ਨਾ ਕਰ ਕਹਿੰਦਾ ਮੰਗਦਾ ਹੀ ਆ ਕਿਸੇ ਅੱਗੇ ਹੱਥ 'ਤੇ ਨਹੀਂ ਕਰਦਾ ਹੱਥ 'ਤੇ ਨਹੀਂ ਫਲਾਉਂਦਾ ਆਹੋ ਇਹ ਮੰਗਣ ਲੱਗ ਪਿਆ ਇਹਦਾ ਮੁਰਸ਼ਦ ਕਹਿੰਦਾ ਹਟ ਜਾਣੇ ਤਾਂ ਮੈਂ ਤੈਨੂੰ ਸੱਪ ਬਣਾ ਦਿਆਂ ਮੁਰਸ਼ਦ ਨੇ ਸੱਪ ਬਣਾ ਦਿੱਤਾ ਇਹ ਜਾਣ ਡਿਆ ਅੱਗੇ ਦੇਖ ਲੱਥਣ ਡੀ ਤੇ ਕਰਦਾ ਸੱਪ ਬਣ ਕੇ ਜਾ ਰਿਹਾ ਚੌਲਾਂ ਦੀ ਦੇਗ ਵੱਲ ਤੇ ਬਿਲਕੁਲ ਜਾ ਕੇ ਨਾ ਕਰਦਾ ਹੈਨਾ ਹਾਂਜੀ ਕੰਪਿਊਟਰ ਤੇ ਬੈਤੁਲ ਖਲਾ ਲਿਖਿਆ ਹੁੰਦਾ ਇੱਧਰ ਕਰਿਓ ਉਧਰ ਹੈ ਸਮੁੰਦਰ 'ਚ ਕਲੋਨੀ ਕੱਟੀ ਹੁੰਦੀ ਇੱਦਾਂ ਦੀਆਂ ਜੁਗਤਾਂ ਕਰਨੀਆਂ ਨੇ ਸਮੁੰਦਰ ਦਾ ਚੌਕੀਦਾਰ ਹੁੰਦਾ ਭਰਵਟੇ ਵਾਲਾ ਸਾਈਕਲ ਹੁੰਦਾ ਤੁਹਾਡੀ ਉਂਗਲੀ ਕਾਹਤੋਂ ਕੰਮ ਲਈ ਤੇਰੇ ਨਾਲ ਨਹੀਂ ਆ ਬੜੀ ਕੰਮਵੀ ਜੁਗਤ ਕਰ ਰਿਹਾ ਵਾ ਉਹਦੀ ਉਂਗਲ ਤਾਂ ਕੰਮ ਦੀ ਉਂਗਲ ਨੂੰ ਉਂਗਲ ਗੱਲ ਕਰਨ ਡਈ ਆ ਉਂਗਲ ਡੂੰਗਲ ਜੁਗਤ ਹੋ ਰਹੀ ਭਾਈ ਤੁਸੀਂ ਉੱਥੇ ਚੱਲ ਜਾਓ ਉਧਰੋਂ ਕਿਧਰ ਭੇਜੋ ਹੈਲੋ 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 ਭੈਣ ਇੱਧਰ ਹੈਲੋ ਇੱਧਰ ਭੇਜੋ ਉਹਨੂੰ ਭੈਣ ਨੂੰ ਹਾਂਜੀ ਇਹਨਾਂ ਸ਼ਾਮੇ ਕਲੰਦਰ ਰੱਖ ਲਈ ਕਿਸ਼ਤਾਂ ਵਾਲੀ ਦੁਕਾਨ 'ਤੇ ਜਾ ਕਹਿੰਦਾ ਆਬਦ ਮੇਰ ਕਰਾ ਦਿਓ ਕਿਸ਼ਤਾਂ ਦੇ ਆਪਰ ਆਬਦ ਮੇਰ ਕਰਾ ਦਿਓ ਨਹੀਂ ਯਾਰ ਉਹ ਮੇਰਾ ਭਰਾ ਵਾ ਉਹ ਪੂਰੇ ਪੈਸੇ ਦਿਆਂਗੇ ਤੈਨੂੰ ਹੋਣਾ ਇਹਨਾਂ ਨੂੰ ਦੱਸੋ ਨਾ ਆਹੋ ਆਰ ਐਸ ਲਵਾਰ ਕੋ ਜਨਾਜ਼ਾ ਪੜਵਾਇਆ ਹੁੰਦਾ ਚਿਮਟੇਣਾ
ਮੇਰੇ ਦਿਲ ਕੋ ਜਨਾਦੇ ਵਾਲੇ ਨੂੰ ਕਹਿ ਰਿਹਾ ਮੇਰੇ ਦਿਲ ਕੋ ਤੋੜਨੇ ਵਾਲੇ ਕਿਸ ਕਿਸ ਕਾ ਦਿਲ ਤੋੜੇਗਾ ਮੇਰੇ ਦਿਲ ਕੋ ਤੋੜਨੇ ਵਾਲੇ ਕਿਸ ਕਿਸ ਕਾ ਦਿਲ ਤੋੜੇਗਾ ਆਪਣੇ ਨੇ ਜੀਵਨ ਸਾਥੀ ਕੋ ਯੇ ਤੋ ਬਤਾ ਕਬ ਛੋੜੇਗਾ ਤੁਮ ਤੁਮ ਟੁਕਣ ਹੋਰ ਕਿਧਰ ਏਦਾਂ ਦਾ ਗਾਣਾ ਆਉਂਦਾ ਹਾਂਜੀ ਹੋਰ ਬਈ ਇੱਕ ਅੰਗਰੇਜ਼ ਪਾਕਿਸਤਾਨ ਆਇਆ ਹੈ ਅੰਗਰੇਜ਼ ਪਾਕਿਸਤਾਨ ਆਇਆ ਓਕੇ ਤੁਹਾਨੂੰ ਪਤਾ ਅੰਗਰੇਜ਼ ਨੂੰ ਕੋਈ ਕੰਮ ਨਹੀਂ ਹੁੰਦਾ ਵੇਲੀਆਂ ਖਾਧੀਆਂ ਹੁੰਦੀਆਂ ਤੇ ਉਹਨੇ ਆਣ ਕੇ ਸੋਚਿਆ ਕਿ ਇੱਥੇ ਮੈਂ ਕੀ ਕਰਾਂ ਉਹਨੇ ਕਿਹਾ ਕਿਉਂ ਨਾ ਮੈਂ ਸਿੰਗਰ ਬਣਾ ਤੇ ਇੱਥੇ ਆਣ ਕੇ ਸਿੰਗਰੀ ਕਰਨ ਲੱਗ ਪਿਆ ਹੁਣ ਗਾਣਾ ਉਹਨੇ ਬਣਾ ਵੀ ਲਿਆ ਲਿਖ ਵੀ ਲਿਆ ਕੰਪੋਜ਼ ਵੀ ਬਣਾ ਲਿਆ ਇੱਥੇ ਆ ਕੇ ਸਿੰਗਰੀ ਕਰਨ ਲੱਗ ਪਏ ਹਾਂਜੀ ਵਾਹ ਤੇ ਉਹ ਕਿਸ ਤਰ੍ਹਾਂ ਗਾ ਕਿਸ ਤਰ੍ਹਾਂ ਰਿਹਾ ਹੁਣ ਆਪਣੇ ਮਜ਼ਦੂਰੀ ਤੇ ਸਿੰਗਰੀ ਕੋਈ ਏਡਾ ਫਰਕ ਨਹੀਂ ਹੈਗਾ ਹਾਂਜੀ ਹੁਣ ਕੀ ਕਰ ਰਿਹਾ ਗਾਣਾ ਜਾਣ ਕੋਵਿਡ ਕੋਵਿਡ ਜਾਣ very very done okay okay done bhai aap ch koi mehsoos na kareo toli vich pa ke masale leke aavanga masere gaane ban ke mashare mote jaavanga main 5 7 100 mai nale bana ke mere yaar chote mote ja ke jal ching la ke kangi changi va ke waalan de vich nale tel laga ke akhiyan de vich nale khajla pa ke lanat kovat kovat lanat ਫਿਰ ਮਿਲਾਂਗੇ ਨੰਘਦੇ ਫਿਰ ਵੀ ਲਗੂ ਲਗੂ ਲੈਵੀਂ ਏ ਫਿਰ ਵੀ ਲਗੂ ਲਗੂ ਮੋੜ ਮਲਾਇਕੇ ਫਿਰ ਵੀ ਲਗੂ ਲਗੂ ਲੈਵੀਂ ਏ ਪੁੱਟੀ ਸਿੱਧੀ ਗੱਲ ਨਾ ਮੈਂ ਕੀਤੀ ਇਹਨੇ ਕਰੇ ਨਹੀਂ ਏ ਨੰਘਦੇ ਨੰਘਦੇ ਇੱਕ ਗੱਲ ਮੇਰੀ ਮਨ ਜਾਓ ਜਿੱਥੇ ਕੁੜੀ ਮੁੰਡਾ ਦੇਖੋ ਰੰਗ ਵਿੱਚ ਪੰਗ ਪਾਓ ਜਿੱਥੇ ਕੁੜੀ ਮੁੰਡਾ ਦੇਖੋ ਰੰਗ ਵਿੱਚ ਪਾਓ ਪੰਗ ਪਾਓ ਟੈਨਸ਼ਨ ਹੋ ਕੇ ਭਾਵੇਂ ਨੰਘਦੇ ਨੰਘਦੇ ਉੱਥੇ ਥੋੜ੍ਹਾ ਥੋੜ੍ਹਾ ਖੰਘ ਜਾਓ ਜਿੱਥੇ ਨੀਲੀ ਬੱਤੀ ਵਾਲੀ ਹੋ ਕੇ ਨੀਵੇਂ ਨੀਵੇਂ ਹੋ ਕੇ ਨੰਘ ਜਾਓ ਲਾਨ ਹੋਰ ਵੀ ਕੋਈ ਏਦਾਂ ਦੀ ਆਈਟਮ ਹੁੰਦੀ ਲੰਗਰ ਵਾਲਾ ਹਾਂਜੀ ਜੀ ਕਿੱਦਾਂ ਸਾਡਾ ਇੱਕ ਦੋਸਤ ਸੀਗਾ ਜੀ ਲੰਗਰ ਬਹੁਤ ਕਰਦਾ ਉਹਦੇ ਤੇ ਸਾਰੀ ਸ਼ਾਇਰੀ ਕੀਤੀ ਲੰਗਰ ਨਾਦਰੇ ਨਹੀਂ ਯਾਨੀ ਖਾਣਾ ਹਾਂਜੀ ਕਿਸੇ ਵੀ ਜਗ੍ਹਾ ਤੇ ਉਹਨੇ ਚੱਲ ਜਾਣਾ ਨਾ ਕੋਈ ਜਾਣ ਨਾ ਪਹਿਚਾਣ ਤੇ ਉਹਨੇ ਚਲੇ ਜਾਣਾ ਤੇ ਗਾਣਾ ਕੀ ਲਿਖਿਆ ਹੁਣ ਨਾ ਕੋਈ ਜਾਣ ਨਾ ਪਹਿਚਾਣ ਐਵੀਂ ਆ ਗਿਆ ਰੋਟੀ ਖਾਣ ਬੁਰਕੀ ਤੋੜੇ ਦਾ ਤੜਾਉਂਦਾ ਸਾਨੂੰ ਵੇਖਦਾ ਏ ਹੁਣ ਨਾ ਕੋਈ ਜਾਣ ਨਾ ਪਹਿਚਾਣ ਐਵੀਂ ਆ ਗਿਆ ਰੋਟੀ ਖਾਣ ਬੁਰਕੀ ਤੋੜੇ ਦਾ ਤੜਾਉਂਦਾ ਸਾਨੂੰ ਵੇਖਦਾ ਏ ਹੋ ਸਾਡੇ ਸਾਹਮਣੇ ਦੁਕਾਨ ਲਵਾ ਕੇ ਤਿਲੋਂ ਵਾਲਾ ਨਾਨ ਪੈਸੇ ਕੱਢਦਾ ਕਢਾਉਂਦਾ ਸਾਨੂੰ ਵੇਖਦਾ ਏ ਮੁੰਡਾ ਏ ਗਵਾਂਢੀਆਂ ਦਾ ਰੋਟੀ ਬੜੀ ਖਾਂਦਾ ਏ ਇੰਨੀ ਰੋਟੀ ਖਾਂਦਾ ਹੁਣ ਤਾਂ ਸੁੱਜਦਾ ਹੀ ਜਾਂਦਾ ਏ ਮੁੰਡਾ ਏ ਗਵਾਂਢੀਆਂ ਦਾ ਰੋਟੀ ਬੜੀ ਖਾਂਦਾ ਏ ਇੰਨੀ ਰੋਟੀ ਖਾਂਦਾ ਹੁਣ ਤਾਂ ਸੁੱਜਦਾ ਹੀ ਜਾਂਦਾ ਏ ਕਰਦਾ ਆਟਾ ਉਹ ਮਕਾਵੇ ਅੱਬਾ ਉਹਦਾ ਗਾਲਾਂ ਵਾਵੇ ਗਾਲਾਂ ਸੁਣਦਾ ਸੁਣਾਉਂਦਾ ਸਾਨੂੰ ਵੇਖਦਾ ਏ ਹੁਣ ਨਾ ਕੋਈ ਜਾਣ ਨਾ ਪਹਿਚਾਣ ਐਵੀਂ ਆ ਗਿਆ ਰੋਟੀ ਖਾਣ ਬੁਰਕੀ ਤੋੜਦਾ ਤੜਾਉਂਦਾ ਸਾਨੂੰ ਵੇਖਦਾ ਏ ਰੋਟੀ ਤੇ ਇੰਨਾ ਉਹਦਾ ਖੌਫ ਰੂਹ ਪੈ ਗਿਆ ਨਾ ਤੇ ਰੋਟੀ ਨੂੰ ਦੇਖ ਕੇ ਘਬਰਾਉਣ ਲੱਗ ਪਈ ਇੱਕ ਦਿਨ ਖਤਮ ਵਾਲੀ ਗਲੀ ਵਿੱਚੋਂ ਨੰਗੇ ਆ ਸਾਲਣੀ ਦੇ ਸਾਹ ਸੁੱਕੇ ਨਾਨ ਵੀ ਨਾ ਖੰਗੇ ਆ ਇੱਕ ਦਿਨ ਖਤਮ ਇੱਕ ਦਿਨ ਖਤਮ ਵਾਲੀ ਗਲੀ ਵਿੱਚੋਂ ਨੰਗੇ ਆ ਸਾਲਣੀ ਦੇ ਸਾਹ ਸੁੱਕੇ ਨਾਨ ਵੀ ਨਾ ਖੰਗੇ ਆ ਉੱਤੋਂ ਨਾਨ ਪਿਆ ਤੋੜੇ ਥੱਲੋਂ ਸਾਲਣ ਹੱਥ ਜੋੜੇ ਦਾ ਜੜਾਉਂਦਾ ਸਾਨੂੰ ਵੇਖਦਾ ਏ ਹੁਣ ਨਾ ਕੋਈ ਜਾਣ ਨਾ ਪਹਿਚਾਣ ਐਵੀਂ ਆ ਗਿਆ ਰੋਟੀ ਖਾਣ ਬੁਰਕੀ ਤੋੜੇ ਦਾ ਤੜਾਉਂਦਾ ਸਾਨੂੰ ਵੇਖਦਾ ਏ ਸਾਰੇ ਲਾਜਾਬਾਦ ਵਿੱਚ ਉਹਦਾ ਹੀ ਰਕਾਟ ਏ ਪੁੱਛਦੇ ਸੀ ਲੋਕੀ ਇਹ ਮੁੰਡਾ ਕਿਹਦੇ ਨਾਲ ਏ ਸਾਰੇ ਲਾਈਆਬਾਦ ਵਿੱਚ ਉਹਦਾ ਹੀ ਰਕਾਟ ਏ ਪੁੱਛਦੇ ਸੀ ਲੋਕੀ ਇਹ ਮੁੰਡਾ ਕਿਹਦੇ ਨਾਲ ਏ ਉਹ ਜਿਹਨੇ ਰੋਟੀਆਂ ਮਕਾ ਕੇ ਛਾਬੇ ਮੂਦੇ ਲੰਮੇ ਪਾ ਕੇ ਅੱਗ ਫਟਿਆਂ ਤੇ ਬੈਠਾ ਹੁਣ ਸੇਕਦਾ ਏ ਉਹਨਾਂ ਕੋਈ ਜਾਣ ਨਾ ਵਾਹ 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 ਲਓ ਜੀ ਭੈਣ ਹੁਣ ਨਾ ਤੁਸੀਂ ਇਹ ਜੋ ਕਹੇਗਾ ਨਾ ਉਹ ਕੂੜੇ ਵਾਲੀ ਗੱਲ 'ਤੇ ਅਸੀਂ ਆਏ ਨੇ ਦੁਬਾਰਾ ਨਾਲੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਕਸਰ ਲੋਕ ਇਹ ਗੱਲ ਕਰਦੇ ਨੇ ਜੀ ਕਿ ਇਹਨੇ ਜਾਨੀ ਨੇ ਫੈਸਲਾਬਾਦ ਦੇ ਸਾਰੇ ਬੰਦਿਆਂ ਨੂੰ ਜੁਗਤਾਂ 'ਤੇ ਲਾ ਤਾ ਜੇ ਪੰਜ ਮਰਾਸੀ ਕਰਤਾ ਫਲਾਂ ਕਰਤਾ ਇਹ ਕੰਮ ਨਹੀਂ ਠੀਕ ਕਰ ਰਿਹਾ ਮੈਨੂੰ ਦੱਸੋ ਵੀ ਇਹ ਕਿੰਨਾ ਸਾਰੇ ਬੰਦੇ ਇੱਦਾਂ ਇਕੱਠੇ ਕਰਨੇ ਮੁਹੱਬਤ ਦੇ ਵਿੱਚ ਕਿਹੜਾ ਐਸਾ ਈਵੈਂਟ ਸਾ ਸਾਡੇ ਕੋਲ ਜਿੱਥੇ ਅਸੀਂ ਇੱਦਾਂ ਇਕੱਠੇ ਹੋ ਕੇ ਪਿਆਰ ਮੁਹੱਬਤ ਨਾਲ ਖਲੋਨੇ ਦੱਸੋ ਮੈਨੂੰ
ਤੇ ਅਗਰ ਇਦਾਂ ਅਸੀਂ ਦੇਖਦੇ ਹਾਂ ਔਰ ਇਹ ਸਾਰਿਆਂ ਭਰਾਵਾਂ ਦੀ ਅਗਰ ਟੈਲੈਂਟ ਹੈ ਜਾਂ ਜੋ ਜੋ ਵੀ ਥੋੜ੍ਹਾ ਥੋੜ੍ਹਾ ਫਨ ਆ ਇਹ ਅਗਰ ਪੂਰੀ ਦੁਨੀਆ ਦੇ ਲੋਕ ਘਰ ਬਹਿ ਕੇ ਦੇਖਦੇ ਤੇ ਜੇ ਕਿਹੜਾ ਐਸਾ ਵੀ ਮਰਾਸੀ ਕਹਿ ਦੇਣਾ ਜਾਂ ਮਤਲਬ ਕਹਿ ਦੇਣਾ ਇਹਨੇ ਇਹ ਕੰਮ ਸ਼ੁਰੂ ਕੀਤਾ ਕਿਉਂ ਭੈਣ ਬਿਲਕੁਲ ਸਹੀ ਗੱਲ ਇਹ ਮੁਹੱਬਤ ਹੀ ਹੈ ਨਾ ਸਾਰੀ ਇਕੱਠੀ ਹੋਈ ਕਿਹੜਾ ਅਸੀਂ ਲੜਨ ਨੇ ਕੋਈ ਗਾਲ ਕੱਢੀ ਇੱਕ ਦੂਜੇ ਨੂੰ ਕਿਸੇ ਦੀ ਕੋਈ ਮਾਂ ਭੈਣ ਨੂੰ ਗੱਲ ਕੀਤੀ ਕੋਈ ਐਸੀ ਗੱਲ ਨਹੀਂ ਤੁਸੀਂ ਆਪਣੇ ਘਰ ਬਹਿ ਕੇ ਆਪਣੀਆਂ ਮਾਵਾਂ ਭੈਣਾਂ ਦੇ ਵਿੱਚ ਬਹਿ ਕੇ ਸਾਡਾ ਸ਼ੋਅ ਦੇਖੋ ਤੁਸੀਂ ਇੰਜੋਏ ਕਰੋਗੇ ਠੀਕ ਹੈ ਨਾ ਤੇ ਉਹ ਲਿਆਦਾ ਲਿਆਦਾ ਤੁਹਾਨੂੰ ਚਾਹੀਦਾ ਤੁਸੀਂ ਸਾਥ ਦਿਓ ਮੈਂ ਕੋਈ ਇਹਨਾਂ ਨੂੰ ਪਹਿਲੇ ਮੈਸੇਜ ਨਹੀਂ ਕੀਤੇ ਵੀ ਇਹ ਜੁਗਤਾਂ ਮਾਰਨਾ ਜਾਂ ਮਤਲਬ ਉਹ ਵਿਚਾਰੇ ਉਹਨਾਂ ਨੇ ਉਹ ਇਹ ਟੈਲੈਂਟ ਹੈ ਇੱਕ ਤੁਸੀਂ ਇਹਦਾ ਨਾਮ ਮਰਾਸਪੂਣਾ ਰੱਖਤਾ ਜਾਂ ਲੋਕਾਂ ਨੇ ਮਰਾਸੀ ਰੱਖਤਾ ਜਾਂ ਜੁਗਤ ਬਾਅਦ ਬੇਸਿਕਲੀ ਇੱਕ ਟੈਲੈਂਟ ਆ ਇਹ ਇੱਕ ਲੈਵਲ ਹੁੰਦਾ ਦਿਮਾਗ ਦਾ ਕਿਸੇ ਵੀ ਪਾਸੇ ਹੁਣ ਇਹ ਜਿਹੜਾ ਇਹਨਾਂ ਨੇ ਗਾਣਾ ਸੁਣਾਇਆ ਪਹਿਲੀ ਗੱਲ ਤਾਂ ਇਹ ਸੀ ਕਿ ਪੂਰਾ ਖਰਜ ਐ ਮੁਕੰਮਲ ਸੁਰ ਦੇ ਵਿੱਚ ਸੀ ਤੇ ਇਹ ਮੈਂ ਤਾਂ ਕਹਿੰਦਾ ਯਾਰ ਹੁਣ ਇਹਨਾਂ ਨੂੰ ਕੋਈ ਦੇਖੇਗਾ ਅਗਰ ਇਹਨਾਂ ਨੂੰ ਕੋਈ ਸਰਾਉਂਦਾ ਹੋਵੇ ਆਪਣੇ ਘਰ ਬੈਠਾ ਪੂਰੀ ਦੁਨੀਆ 'ਚ ਕੋਈ ਅਮਰੀਕਾ ਜਿੱਥੇ ਵੀ ਜਿੱਥੇ ਸ਼ੋਅ ਚੱਲਦਾ ਉਹ ਅਗਰ ਇਹਨਾਂ ਦੀ ਤਾਰੀਫ ਕਰੇਗਾ ਤਾਂ ਕੀ ਮੈਂ ਮਤਲਬ ਇਹਦੇ 'ਚ ਕੀ ਐਸੀ ਗੱਲ ਆ ਵੀ ਉਹ ਮਰਾਸੀ ਹੋ ਜਾਣਗੇ ਠੀਕ ਹੈ ਨਾ ਬੜੇ ਬੜੇ ਅੱਜ ਕੱਲ੍ਹ ਸਿੰਗਰ ਜਿਹੜੇ ਵਿਚਾਰੇ ਕੋਈ ਮਲਕਾਂ ਦਾ ਕੋਈ ਸ਼ਾਹਾਂ ਦਾ ਕੋਈ ਮੁਗਲਾਂ ਦਾ ਹੈਨਾ ਬਿਲਕੁਲ ਜੀ ਮੁਗਲ ਤੇ ਮੁਗਲ ਮੁਗਲ ਕਿਹੜਾ ਤੁਹਾਡੇ 'ਚੋਂ ਆ ਪਿੱਛੇ ਕੋ ਆ ਭਾਈ ਇੱਧਰ ਵੀ ਆ ਦੇਖ ਆ ਦੇ ਆ ਮੁਗਲ ਵਿਚਾਰੇ ਕਾਸ਼ੀ ਮੇਰੀ ਗੱਲ ਸੁਣ ਕੱਚੀ ਕਰਨ ਵਾਲੀ ਉਂਗਲ ਹੁੰਦੀ ਹੈ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਹੁਣ ਉਹਨਾਂ ਨੇ ਜਿੱਡਾ ਅੱਛਾ ਗਾਣਾ ਸੁਣਾਇਆ ਤੈਨੂੰ ਮਜ਼ਾ ਆਇਆ ਸਹੀ ਦੱਸੀ ਮੈਨੂੰ ਜ਼ਰਾ ਨਹੀਂ ਆਇਆ ਤੈਨੂੰ ਜ਼ਰਾ ਨਹੀਂ ਨਾ ਆਇਆ ਤੂੰ ਆਪਣਾ ਕੂੜਾ ਚੁੱਕ ਤੇ ਤੂੰ ਸਾਨੂੰ ਅੱਜ ਤੋਂ ਬਾਅਦ ਬੁਲਾਉਣਾ ਇੱਥੇ ਨਹੀਂ ਬੁਲਾਉਣਾ ਯਾਰ ਗੱਲ ਇਹ ਆ ਕਿ ਭਾਵੇਂ ਤੁਸੀਂ ਕੂੜਾ ਇਹ ਤੁਹਾਡਾ ਲੈ ਜਾਏਗਾ ਚੁੱਕ ਕੇ ਹਾਂਜੀ ਬਿਲਕੁਲ ਠੀਕ ਆ ਜੀ ਨੈਕਸਟ ਟਾਈਮ ਨਹੀਂ ਸਿੱਟੇਗਾ ਠੀਕ ਹੋ ਗਿਆ ਉਹ ਤੁਹਾਨੂੰ ਜਦੋਂ ਕਿਤੇ ਜ਼ਰੂਰਤ ਹੋਵੇ ਤੁਸੀਂ ਦੱਸ ਦੇਣਾ ਸਿੱਟ ਜਾ ਕਰੇ ਠੀਕ ਹੋ ਗਿਆ ਜਦੋਂ ਜ਼ਰੂਰਤ ਪੈ ਜਾਂਦੀ ਨਾ ਆਰਡਰ ਤੇ ਬੁੱਕ ਕਰਾ ਦਈਏ ਇਹਨਾਂ ਨੂੰ ਹਾਂ ਆਰਡਰ ਤੇ ਤੁਹਾਨੂੰ ਤੇ ਜਿੱਦਾਂ ਦਾ ਕਹੇਗਾ ਅਸੀਂ ਉਦਾਂ ਦਾ ਸਿੱਟਾਂਗੇ ਹਾਂ ਸਾਡਾ ਬਸ ਰਲ ਮਿਲ ਕੇ ਰਹਿਣਾ ਤੁਸੀਂ ਹਾਂਜੀ ਠੀਕ ਹੈ ਨਾ ਤੇ ਇੱਕ ਹੁਣ ਤੁਸੀਂ ਆ ਵੀ ਸਾਡਾ ਰੋਲਾ ਮਕਾ ਦਿਓਗੇ ਸਾਡਾ ਕੂੜਾ ਚੱਕ ਨੂੰ ਹਟੇ ਨਾ ਸਰ ਚੱਕਦਾ ਰਵੇ ਨਾਲੋਂ ਨਾਲ ਯਾਰ ਗੱਲ ਇਹ ਹੈ ਤੇ ਜਿਹੜਾ ਉਹਨਾਂ ਦੇ ਬੰਦਾ ਸਰਦਾ ਸਿੱਟਿਆ ਕਰਨਗੇ ਆਪ ਅੱਗੇ ਵੱਧ ਕੇ ਸ਼ੋਕ ਹੀ ਨਹੀਂ ਕਰਨੀ ਚੁੱਕਣ ਦੀ ਠੀਕ ਹੋ ਗਿਆ ਜੀ ਠੀਕ ਆ ਜਿਹੜਾ ਤੇਰੇ ਨਸੀਬਾਂ 'ਚ ਜਿਹੜਾ ਕੂੜਾ ਨਾ ਉਹ ਕਿਤੇ ਨਹੀਂ ਜਾਣਾ ਉਹ ਤੇਰੇ ਘਰ ਹੀ ਆਉਣਾ ਦੇਖ ਇਹ ਆਪਣੇ ਆਪਣੇ ਲੇਖ ਹੁੰਦੇ ਆ ਕਿਤੇ ਯਕੀਨ ਨਾ ਮੈਨੂੰ ਮੁਤਮਿਨ ਕਰ ਰਿਹਾ ਕਿ ਤੇਰੇ ਘਰ ਹੀ ਆਉਣਾ ਕੂੜਾ ਕਿਤੇ ਨਹੀਂ ਹੋਰ ਜਾਣਾ ਦੇਖ ਕੂੜਾ ਜਿਹੜਾ ਨਾ ਹਾਂਜੀ ਹਰ ਕੂੜੇ ਦੀ ਆਪਣੀ ਆਪਣੀ ਹੋਗਵਾ ਜੀ ਮੇਰੀ ਗੱਲ ਸੁਣ ਹਰ ਖਾਲੀ ਡੱਬੇ 'ਤੇ ਲਿਖਾ ਹੈ ਕੂੜੇ ਵਾਲੇ ਦਾ ਨਾਮ ਕੂੜਾ ਉਠਾਣੇ ਵਾਲੇ ਦਾ ਨਾਮ ਹਾਂ ਠੀਕ ਹੈ ਨਾ ਠੀਕ ਹੋ ਗਿਆ ਜੋ ਤੇਰੀ ਕਿਸਮਤ 'ਚ ਹੋਇਆ ਅੱਛਾ ਜੀ ਤੂੰ ਅਗਰ ਤੈਨੂੰ ਕੂੜਾ ਅੱਛਾ ਚਾਹੀਦਾ ਨਾ ਤੂੰ ਦੁਆ ਕਰਿਆ ਕਰ ਯਾਰ ਇਹਨਾਂ ਦੇ ਹਾਲਾਤ ਅੱਛੇ ਕਰ ਦੇ ਤੈਨੂੰ ਚੀਜ਼ਾਂ ਅੱਛੀ ਆਇਆ ਕਰਨਗੀਆਂ ਪਤਾ ਕੀ ਗੱਲ ਹਾਂ ਤੂੰ ਪਿੱਛੋਂ ਮੋਢੋਂ ਫੜ ਕੰਮ ਨੂੰ ਯਾਨੀ ਕਿ ਮੋਢੋ ਵੀ ਉਹਦੇ ਕੋਲ 10,000 ਰੁਪਿਆ ਲੈ ਉਹਨੂੰ ਮੈਂ ਕੀ ਫੜਾ ਮੋਢੇ ਨਾਲੋਂ ਤਾਂ ਹਲਕਾ ਵਾ ਹਾਂ ਮੋਢੇ ਦੇ ਨਾਲੋਂ ਤਕੜਾ ਹੁੰਦਾ ਤੂੰ ਉਹਦੇ ਹੱਕ 'ਚ ਦੁਆ ਕਰਿਆ ਕਰ ਅੱਲਾ ਉਹਨੂੰ ਪੈਸਾ ਦੇਵੇ ਫਿਰ ਉਹ ਵੱਡੀਆਂ ਆਪ ਅੱਛਾ ਮੈਂ ਇਹਨਾਂ ਲਈ ਦੁਆਵਾ ਕਰਾਂ ਅੱਲਾ ਇਹਨਾਂ ਨੂੰ ਪੈਸੇ ਦੇਵੇ ਮੈਂ ਆਪਣੇ ਆਸੇ ਨਾ ਕਰ ਲਾ ਅੱਲਾ ਮੈਨੂੰ ਹੀ ਦੇ ਦੇਵੇ ਨਹੀਂ ਪਤਾ ਤੇਰੇ ਕੋਲ ਤਾਂ ਸਮੇਂ ਨਹੀਂ ਮੈਂ ਆਪਣਾ ਕੂੜਾ ਸਟਾਲ ਵਾਂ ਯਾਰ ਤੇਰਾ ਇਹਨਾਂ ਨੂੰ ਵੀ ਦਵਾਂ ਵਿੱਚੋਂ ਤੇਰਾ ਅੱਲਾ ਨੇ ਰਿਜ਼ਕ ਵਾਇਆ ਕੂੜਾ ਲਾਇਆ ਨਾ ਅੱਛਾ 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 ਹਾਂ ਜਾਨੀ ਕੋ ਮੁਖਤਲਿਫ ਘਰਾਂ ਦੇ ਵਿੱਚ ਹਾਂ ਮਤਲਬ ਇਸ ਤਰ੍ਹਾਂ ਵੰਡ ਕੇ ਠੀਕ ਹੈ ਨਾ ਠੀਕ ਠੀਕ ਲਿਆਣਾ ਭਾਇਨ ਤੁਸੀਂ ਹੁਣ ਕੂੜਾ ਚੁੱਕ ਲੈਣਾ ਅੱਗੇ ਤੋਂ ਅਗਰ ਇਹਦੀ ਇਜਾਜ਼ਤ ਹੋਵੇ ਸਿੱਟ ਦੇਣਾ ਹਾਂਜੀ ਨਹੀਂ ਤੇ ਭਾਇਨ ਤੁਸੀਂ ਰੱਖੀ ਰੱਖਣਾ ਜਾਂ ਕਿਸੇ ਹੋਰ ਨੂੰ ਦੇ ਦੇਣਾ ਠੀਕ ਹੈ ਜੀ ਓਕੇ ਹੋ ਗਿਆ ਭਾਇਨ ਬਹੁਤ ਸ਼ੁਕਰੀਆ ਉਠੋ ਬਹੁਤ ਸ਼ੁਕਰੀਆ ਜੀ